ਸਾਰੇ ਵੀਰ ਪੰਜਾਬ ਦੇ ਸਾਰੇ ਵੀਰਾਂ ਨੂੰ ਫਤਿਹ ਸਾਂਝੀ ਕਰਦੇ ਹੈ।
श्री वाहेगुरु जी का खालसा, श्री वाहेगुरु जी की फतेह। साडे फतेह प्रभात करने जिन्ने देवी और प्रवासी भी कबड्डी के मैच का आनंद कोशिश करता है की करना बना के जेडी मंथे वट पाएंगे गुरु तेर ते रंगी आवे गुरु जी धन्या दिन आवे कल तो जिद करता है सड़ा दे बाए जेडे गुरु जी सड़ा दे बाए जेडे गुरु जी ਰਾਣੀ ਦੀ ਟੈਕ ਭਾਈ ਕਹਿੰਦੀ ਸੰਗੀ ਵਰਗੇ ਜਲਦੀ ਨਾਲ ਕਬੱਡੀ ਦੇ ਮੈਦਾਨ ਵਿੱਚ ਆ ਜਾਣਾ ਟੈਕ ਭਾਈ ਅੱਜ ਵੀ ਕਿਉਂਕਿ ਤੁਹਾਡੀ ਮੀਟਿੰਗ ਕੀਤੀ ਹੈ ਤੁਸੀਂ ਵੀ ਸਮੇਂ ਦੀ ਕਦਰ ਕਰੋ ਕਮੇਟੀ ਨੇ ਤੁਹਾਡੀ ਮੀਟਿੰਗ ਕੀਤੀ ਕਿਸੇ ਅੱਗੇ ਤੁਸੀਂ ਵੀ ਗਰਾਉਂਡ ਦੀ ਇੱਜ਼ਤ ਰੱਖਿਆ ਕਰੋ ਟੈਕ ਭਾਈ ਕਹਿੰਦੀ ਕਿ ਜਲਦੀ ਨਾਲ ਕਬੱਡੀ ਦੇ ਮੈਦਾਨ ਵਿੱਚ ਆ ਜਾਵੇ ਸਾਹਮਣੇ ਆਉਂਦੇ ਨੂੰ ਸਭ ਤੋਂ ਕਾਲਾ ਵਾਲਾ ਕੋਲ ਫੜ ਕੇ ਜਾਇਆ ਟੱਚ ਮਾਰਿਆ ਤੇ ਹਰ ਕਬੱਡੀ ਟੀਮ ਦੇ ਜਿਸ ਸੇ ਹੋਣਾ ਕਿ ਗੋਲਾ ਫੈਸਲੇ ਦੇ ਰਿਹਾ ਮਾਸ਼ੀ ਕਾ ਬੜਾ ਹੋਇਆ ਕਹਿੰਦੇ ਸਾਨਾ ਵਾਲੇ ਪੇੜਾ ਤਾਂ ਗੁਰਜੀ ਨੇ ਵੀ ਜਿਹੜੀ ਉਸ ਸ਼੍ਰੀਨਾਂ ਦੇ ਵਿੱਚ ਤਾਂ ਦੇ ਨਾਲ ਕਬੱਡੀ ਪਾਉਂਦਾ ਵੇ ਸਭ ਤੋਂ ਬੜਾ ਵਾਲਾ ਜੋ ਮਤਲਬ ਮੈਨੇ ਪਿੰਡ ਦੀ ਗਵਰਨਰ ਨੇ ਕੋਸ਼ਿਸ਼ ਕੀਤੀ ਹੈ ਪਰ ਸਾਹਮਣੇ ਜਿਹੜੀ ਉਹ ਧਾਗੀ ਖਾਂ ਦੀ ਫੁਰਤੀ ਲੱਗ ਰਹੀ ਹੈ ਬਾਹਰ ਉਹ ਨੂੰ ਕਿ ਜਗੀ ਨਹੀਂ ਜਿੱਤੇ ਕਰ ਕੇ ਵੱਡੇ ਕੱਢੀ ਸੇਵਾ ਆ ਜੀ ਦਾ ਬੰਦ ਜਗਾ ਸੇਵਾ ਸਾਹਮਣੇ ਬੈਠੇ ਆ ਸਾਡੇ ਸਾਥ ਦਾ ਖਤਾਰ ਦੀ ਜੋਰ ਦੀ ਖੇੜਾ ਅਜੋਰ ਦੀ ਖੇੜੀ ਆਈ
दर्शी मांस काट कर लोगों को भुगतान सोमनी को करने दे दर्जा दे बता बात कर दर्शी मांस काट कर बाला बाला को भुगतान और कसीम सलाम कर दा अपने रफी साहब सोमनी को करने दे भुगतान नहीं आएगा सामने कहते भी करने आ रहे हैं ना
ਗੁਰਦੀਪ ਕਬੱਡੀ ਵਾਲ ਹੈ ਔਰ ਸਾਈਕਲ ਲੈ ਕੇ ਪਿੰਡ ਦਾ ਗਰੂ ਮਨਾਲ ਦੇ ਵਿੱਚ ਬਿੱਟੂ ਖਾਣਾ ਬੇਟਾ ਹੈ ਰਾਮੇ ਮਨਾਲ ਬੇਟਾ ਉਸ ਦੇ ਵਿੱਚ ਭਾਗ ਲੈ ਕੇ ਰਾਣਾ ਲਾਇਆ ਉਸ ਵਿੱਚ ਦੇ ਗਰੂ ਦੀ ਕੋਸ਼ਿਸ਼ ਕੀਤੀ ਔਰ ਘੰਟੇ ਹਾਲ ਕਰਦਾ ਗੁਰਦੀਪ ਸਿੰਘ ਆ ਕੇ ਬਾਹਰ ਸਾਹ ਤੇ ਬਾਵੀ ਸੇਪੀ ਆ ਜਾਂਦਾ ਹੈ ਕਬੱਡੀ ਇੱਕ ਸੇਪੀ ਰੱਤੋ ਵਾਲੀ ਕੋਈ ਵੀ ਇਹਦਾ ਮਹਾਨ ਖਿਡਾਰੀ ਬਣ ਗਿਆ ਸੇਪੀ ਰੱਤੋ ਵਾਲ ਖਿਡਾਰੀ ਆ ਸੇਪੀ ਨਾਮ ਦਾ ਖਿਡਾਰੀ ਚੱਕ ਭਾਈ ਦਾ ਬੜਾ ਕਬੱਡੀ ਪਾਉਂਦਾ ਹੋਵੇ ਔਰ ਦਿੰਨੇ ਆ ਵੀ ਮੇਰੇ ਵੀ ਸਾਹਮਣੇ ਹੈ ਇਹੋ ਜਿਹਾ ਕਮਾਲ ਸੇਪ ਖਾੜੀ ਬਿੰਦਾ ਬਾਲਾ ਹੋ ਜਾਂਦਾ ਨਿਆਰਾ ਦੇਖੋ ਤਾਂ ਜਾਂਦਾ ਤਕਨੀਕ ਦੇਖਦੇ ਸੀ ਮਾਤਾ ਨੂੰ ਤੇ ਚੁੱਕ ਮੰਗੋਟੇ ਬਣ ਗਏ ਚੁੱਕ ਮੰਗੋਟੇ ਜਿਹੜੀ ਹੋ ਬਾਜ ਮੰਗੋਟੇ ਜਿਹੜੀ ਨਾ ਚੇਤੇ ਕਰਕੇ ਬੜੀ ਰੱਡੀ ਬਾਸ ਸੇਪੀ ਹੋ ਜਾਂਦਾ ਜਿੰਦਰੇ ਲੱਗ ਗਏ ਜਿੰਦਰਾ ਜਗਾਲ ਖਾ ਕੇ ਨਹੀਂ ਕਾਪੀ ਲੈ ਕੇ ਜਨਾ ਦਾ ਜਨ ਹੈਲੋ ਸਾਰੇ ਆਰਾ ਮੈਂ ਕਰ ਲਾ ਪੇਲੇ ਲਖਮਈਆ ਤਾਰਾ ਤੁਸੀਂ ਨਹੀਂ ਵੇ ਇਹ ਕਹਿੰਦੇ ਜੋ ਬਾਰਵਾ ਇੱਕਾ ਫੇਰ ਵਾਦਾ ਕਿਹਾ ਰਾਣੀ ਦਾ ਕਰਨਾ ਤਾਂ ਮੈਂ ਕੀ ਗਰਾਉਂਡ ਦੇ ਵਿੱਚ ਆ ਕੇ ਨਾ ਫਾਇਦਾ ਕਰ ਲੈ ਪਾਵੀ ਸੇਵੀ ਹੋ ਗਿਆ ਨਾ ਕਬੱਡੀ ਸੱਤ ਵਾਰ ਹੋ ਗਿਆ ਹੈ ਮੇਰਾ ਪਿੰਡ ਇਹ ਹੈ ਕਿ ਜਿਸ ਕਬੱਡੀ ਟੂਰਨਾਮੈਂਟ ਦੇ ਕੋਈ ਜਿੱਤੇ ਸੱਤ ਵਾਰ ਇੱਕ ਜਿੱਤੀ ਦਾ ਮਿੱਤਰ ਹੈ ਔਰ ਬੰਦੇ ਉਹ ਨੂੰ ਪਿਆਰ ਦੇਣ ਵਾਲਾ ਵੀ ਹੋ ਗਿਆ ਸੱਤ ਵਾਰ ਫੇਰ ਵਾਰ ਕਬੱਡੀ ਟੂਰਨਾਮੈਂਟ ਦੇ ਮੇਰੇ ਇੱਕ ਦੇ ਵਿੱਚ ਹੋ ਗਿਆ ਇਹ ਵੀ ਤੁਸੀਂ ਨਾਲ ਗੱਲ ਨਾਲ ਬਾਤ ਕਰਦੇ ਹੋ ਪਿਆਰੇ ਨਾਲ ਜੀ ਦੀ ਗੱਲ ਬਿੱਟੂ ਸਾਹਿਬ ਨੇ ਵੀ ਬੋਲੀ ਹੈ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਜਿਹਨਾਂ ਇਹਨਾਂ ਦਾ ਸਾਡੀ ਜਿੰਦਗੀ ਦਾ ਮਿੱਤਰ ਬਿੱਟੂ ਸਾਹਿਬ ਵੀ ਆਸ ਕਰਾਂ ਹੁਣ ਇਸ ਕਮੇਟੀ ਨੂੰ ਬਿੱਟੂ ਸਾਹਿਬ ਕੇ ਮੰਨ ਲਈ ਜਿਹਨੇ ਇਹ ਕਬੱਡੀ ਟੂਰਨਾਮੈਂਟ ਹੋਣੀ ਹੈ ਪਾਗੀ ਸੇਵੀ ਹੋ ਜਾਂਦਾ ਕਬੱਡੀ ਬਾਕੀ ਮਾਰਨਾ ਆਪਣੇ ਏਰੀਏ ਦੇ ਜਿੰਨੇ ਕਮਾਂਡਰ ਹੈ ਅਮਨ ਰੂਪ ਉਹਦਾ ਵੀ ਮਾਨ ਸਨਮਾਨ ਹੋਣਾ ਹੈ ਔਰ ਨਾਲ ਹੀ ਬਿੱਟੂ ਸਾਹਿਬ ਦੇ ਵਾਲਾ ਹੈ ਔਰ ਕਬੱਡੀ ਖਿਡਾਰੀਆਂ ਦਾ ਮਾਨ ਸਨਮਾਨ ਹੈ ਐਸੇ ਨਹੀਂ ਹੁੰਦਾ ਜਿੱਤੇ ਦੇ ਵੀ ਕਬੱਡੀ ਸ਼ਾਮ ਹੈ ਨਾਲ ਹੀ ਸਿੱਪਾ ਦਾ ਤੋਂ ਹੈ ਔਰ ਨਾਲ ਹੀ ਸੰਦੀਪ ਰਾਮਗੜ ਪਿੰਡ ਵਾਲਾ ਦੀ ਖੇਤ ਵਾਲਾ ਜਗਾ ਵੀ ਨੇ ਪਿੰਡ ਵਾਲਾ ਮੈਂਟੂ ਦਵਾਦਾ ਵਾਲਾ ਔਰ ਮੀਪਾ ਮਾਸੀ ਦਾ ਵਾਲਾ ਔਰ ਸੰਦੀਪ ਮਾਸੀ ਦੇ ਅਮਲ ਲੋਕੋ ਬਿੱਟੂ ਸਾਹਿਬ ਦੇ ਇਹਨਾਂ ਦਾ ਮਾਨ ਸਨਮਾਨ ਹੋ ਰਿਹਾ ਹੈ ਅਸੀਂ ਜੀ ਆਏ ਕਰੇ ਔਰ ਫਿਰ ਸਾਹਮਣੇ ਕਬੱਡੀ ਮਾਮਲੇ ਲਈ ਕਾਕਾ ਕਾਕਾ ਪਾਤਾ ਹੋਏ ਕਾਹੀ ਸਾਡੀ ਪਿੰਡ ਦਾ ਕਾਕਾ ਸਿਰ ਖਾਈ ਗਿਆ ਸੀ ਬਲਵਿੰਦਰ ਫਿਰੂ ਕੋ ਹਾਲ ਲੰਮੀ ਪਾਣੀ ਦਾ ਨਾਮ ਸੁਣਦੇ ਹੀ ਪਿੰਡੇ ਕਾਕਾ ਕਾਹੀ ਸਾਡੀ ਹੈ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀ ਗੁਰਰਾ ਜੀ ਖਾਲੀ ਹੱਥ ਦੇ ਗਨਾ ਦਾ ਪਿੱਛੇ ਗੁਰਰਾ ਜੀ ਬਾਜੀ ਖਾਲੀ ਦੇ ਮੈਂ ਹਰਜੀਤ ਬਾੜਾ ਦੀ ਕਿੰਨੀ ਗੁਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੀ ਕਿੰਨੀ ਗੁਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੀ ਬਾਜੀ ਪੁੱਤ ਸਰਦਾਰਾਂ ਦੀ ਕਬੱਡੀ ਪਾਵੀ ਸਿੰਧੀ ਅਗਰ ਕੋ ਕਬੱਡੀ ਆ ਗਿਆ ਤਾਂ ਹਨ ਕੇ ਹਨ ਕੇ ਬਾਬਾ ਧਾਰਾ ਹੋਇਆ ਚੱਕ ਭਾਈ ਦੇ ਮੇਰਾ ਨਾਮ ਜਾਂਦਾ ਆਹ ਸਾਹਮਣੇ ਧਾਰਾ ਲੋਨ ਦਿੱਤਾ ਲੈ ਰਹੀ ਹੋ ਤਿੰਨ ਜਾਂ ਵੀ ਸੇਪੁਰ ਥਾਣੇ ਦੇ ਹੈ ਕਿਹੜਾ ਗਰੂ ਨੂੰ ਦੋਹਾਤ ਕਰਨ ਸੇਵੀ ਦੇ ਨਾਲ ਸੇਵੀ ਮੇਰੀ ਜੋ ਵਧੀਆ ਖਾਰੀ ਵੱਢ ਗਿਆ ਬਹੁਤ ਹੀ ਵਧੀਆ ਧਾਰੀ ਬਿਹਤਰੀ ਧਾਰੀ ਹੈ ਕਬੱਡੀ ਦੇ ਬਾਰੇ ਦਾ ਪਾਵੀ ਨਾਮ ਜਾਂਦਾ ਪ੍ਰਦੀਪ ਕੱਢਿਆ ਕਿ ਕਬੱਡੀ ਮਾਤਾ ਹੋਈ ਕਬੱਡੀ ਨੇ ਇੱਕ ਮੈਂ ਜਿਹੜਾ ਬਾਹਰ ਉੱਠਿਆ ਹੈ ਆ ਗੁਰੂ ਦਾ ਪਿੰਡ ਕੱਲੇਵਾਲ ਗੁਰਦੀਪ ਸਿੰਘ ਕਬੱਡੀ ਮਾਮਲੇ ਦੀ ਫਰਮਤ ਆ ਰਿਹਾ ਆ ਮੱਤੀ ਪਿਆਰ ਆ ਰਿਹਾ ਨਾਲੀ ਕੇ ਦੀ ਮਾਰ ਦਿੱਤੀ ਹੈ ਤਸੇ ਸਮਾਰੋਹ ਵਾਲਾ ਲੋਕਾਂ ਵੀ ਅੱਜ ਦੇ ਨਾਲ ਮੇਰੀ ਵੀ ਰੋ ਜਾਂਦੀ ਹੈ ਦਿੱਸੇ ਸੇ ਰੋ ਸਕੇ ਕੋਈ ਮੁੱਲੀ ਪਹਿਲਾ ਕਾਜ ਨੂੰ ਸਕਦੇ ਦਾ ਲੱਖ ਲੱਖ ਦੀ ਕੋਟੀ ਇਹ ਫਕਰ ਦੇ ਕਦੇ ਹੈ ਲੱਖ ਲੱਖ ਦੀ ਕੋਟੀ ਇਹ ਫਕਰ ਦੇ ਕਦੇ ਹੈ ਲੱਖ ਲੱਖ ਦੀ ਕਬੱਡੀ ਹੈ ਬਸ ਵੀ ਸੋਚੀ ਰੋਟ ਵਾਲਾ ਗੁੱਟ ਗਿਆ ਸਾਡਾ ਵੀਰ ਜੀ ਆਈ ਕੇ ਰਸਤੀ ਰੋਟ ਲੱਗ ਚੁੱਕਿਆ ਹੈ ਖਿਡਾਰੀਆਂ ਨੂੰ ਬੇਨਤੀ ਹੈ ਇਹ ਬਾਜੀ ਨੇ ਕਿ ਵੀ ਰੋਟ ਲੱਗਾ ਹੋਇਆ ਹੈ ਕਿਉਂਕਿ 30 ਸਕਿੰਟਾਂ ਦੇ ਬਾਅਦ ਇਹ ਨੂੰ ਕੋਈ ਕਰਦੇ ਨਹੀਂ ਆਪਾਂ ਨੂੰ ਪਤਾ ਹੀ ਲੱਗ ਗਿਆ ਨਾ ਲਓ ਅਸਿਆ ਖਿਡਾਰੀਆਂ ਨੂੰ ਬੇਨਤੀ ਹੈ ਕਿ ਜਿਹਨੇ ਵੀ ਤਾਂ ਆਉਣਾ ਸਾਨੂੰ 500 ਰੁਪਏ ਫੀਸ ਦੇ ਵਿੱਚ ਮਾਇਆ ਨਹੀਂ ਕਿਸੇ ਰੱਖਣਾ ਇੱਥੇ ਸਾਨੂੰ 200 ਰੁਪਏ ਦੇ ਮਾਇਆ ਨਾਲ ਮੈਂ ਆਪਣੇ ਆਪ ਨੂੰ ਮਾਫ ਕਰ ਲੈਂਦੇ 500 ਰੁਪਏ ਦਾ ਫੀਸ ਆ 500 ਰੁਪਏ ਜੋ ਸਾਨੂੰ ਇਹ ਤੋਂ ਦੇ ਚਾਰ ਸਾਲ ਤੋਂ ਹੈ ਜਾਂ 9 ਸਾਲ ਤੋਂ ਉਹਨਾਂ ਨੂੰ ਮਾਫ ਹੋ ਜਾਂ ਫੀਸ ਲੱਗੇ ਹੋ ਮੇਰਾ ਮਹਿੰਗਾ ਦੇ ਜਾ ਗੁਰੂ ਵਾਲੇ ਨਾਲ ਸਰਦ ਸੌਦਾ ਲੈ ਕਰੋ ਲੈ ਕੇ ਨੋ ਗਿਆ ਜੀ ਯਾਰ ਫੇਰ ਮੈਂ ਲੈ ਜਾ ਤਾਂ ਕਹਿਣਾ ਵੀ ਨਹੀਂ ਤੇ ਮੈਂ ਆਵਾਂ ਨਹੀਂ ਇਹ ਵੀ ਸਾਡੇ ਵੀ ਕਹਿਣਾ ਵੀ ਨਹੀਂ ਦੇ ਦੇ ਉਹ ਫਿਰ
निजामी जनों के मावी कमेटी का जिला है सेबी कह रहे थे सीनियर को लेके में कह रहे थे नहीं बैठे हैं और राती पाए जाने के लिए जाना है और दिखाना थे एक रोज के बाद दिखा आखिर इस मौका ना ये भाव ने जब सर में कटा गया फिर भागा गया मालो पहले रोड पे खेल गया वो भी अधिकरुवा तेरे दिन में भाव में कटा लिया नेहरा का उस बामा ताला भेज होगा ये वो नमाज कटा गया भविष्य के लिए सबसे मेरे दिन नमाज का लेकर वो भेज करा गया थी ये ना ये खेलो नहीं
आज रखने के साथ यार बिट्टू साधुवाला क्या ही कर रहे हैं इतने भाई चलते ही बिट्टू साधुवाला बाल बाल का बात कर रहे हैं बिट्टू साधुवाले दार आज रुचिरा निर्मित आज बाल की इतना टोटल बिट्टू सी और हर कोई बचाए तीस पच बाल तो कमाने का भी है तो दूसरा कोई टोटल बिट्टू और पाउंड की कमी क्या कितने निर्मित वाले बाल तो दिया था महान बनाने है और निर्मित आप मायों हर का यह शरीर उनकी मामा है और दुनिया पर कितनी गोरा हूँ कितनी कोई दूसरा कोई गोरा दुनिया पर कितनी गोरा हेलो हेलो ताली और इसमें हमारे बेटे का नाम क्या बोलने के लिए अपनी जीत गया उन्होंने कहा कि ना ना भाग जाने तेरे लिए उन्होंने नाम बच्चे को ना तेरे मां किसके लाने के लिए वही जाने का माँ ऐसा है वही मेरे लिए तेरे यार भाई तुझे मना ही करोगे यार एक बार इनके तो रूल बोलते हैं तो कबड्डी नहीं मान रहा है करोगे यार देख भी नहीं लाना बार बार ना लाओ इन्हीं में क्या लाना मोरा ना कब लाना करें स्टेज पर कम बच्चों बोल तो नहीं कह रहे हैं कि मैं क्या तो बताए तो बिना रात मानी नहीं कह रहे हैं कि रोटी खाना नहीं करते बाती का आज जी अरे आमी अधिक खिलाड़ी बनाओगे लक्ष्मी ने अपने बारों आया फिर अपनी नारंगी और सादा ने लंगर पर को प्यारा फिर किसे पीता है लंगर पानी क्या बन सकता तो अपने नारंगी और सादा ले जाके ज्यादा पानी क्या बन सकता नारी दूसरी भी पूरी कमेटी ने कल खिलाड़ी का भजन की तो हमारी फिर ने जब कहता भी भजन हो जाएगा तो हमारी फिर कभी कोई भी साड़ी कमेटी ने ना जरा भाषवाजी करूंगा की कर देंगे इस कमेटी में बैठने की ना रूल है कमेटी में कम की धुनाई का भी कार भजन आए सी अब साड़ी कमेटी है जिन्हें खिलाड़ी ने ट्राई करा कम की तारा घुसने को जिन्हें कमेटी करेंगे कम की रूपी समझ लो यार जिन्हें खिलाड़ी ने नामी खेलने के जिनका ट्राई करा होगा उन्हें ना भजन जरूर हो जिन्हें खिलाड़ी नामी खेलने के वो कमेटी के जिन्हें ना भजन जरूर होगा आप ही लाइक देखो सर हाँ जी आज हमने बैठ के बैठे आ रहे हैं तस्वीर का भावना ओर करने में भावना आ रहा है ऐसा करके ना बच्चे ने मोटा आगाह ने बैठ कर होना तस्वीर का भावना आ रही है सत्य मात्रा समझा अष्टमी तेरी अर्जन देवी चकरबल में तेरी मेरा सच्चे हाथों में नाम लेके ग्राउंड में चकरबल में तेरी वादा किस संतान को भी मैं तेरे पेपर जी मेरे वादा करते मार बाद भी तेरे नमाने का मेरे बोलना से भी दर्शन पाते मार बाद भी तेरे नमाने का मेरे बोलना से भी दर्शन पाते कि साधु साधना फकीर पूरा दे असली मात्रा सहने मेरे बोलो बात भी कर ले वो बेस्ट भी लाने आज की बंटी रात कौन रहा है मेरी भी उसे में घूमती रहा प्रसिद्ध नगर माझी की बेटी किसी दान का दान जो राज में बंटी ने खिलाड़ का लगाड़ है वो तो देखो फिर बंटी मलाम है जिसमें बहुत बड़ा मैच भी तो जा रहा है पूरी पर्वत की टूर्नामेंट की मिट्टी बस आइए बात कर रहे लाखों और बहुत बात है जिन्हें भी तस्वीर मुझे जिन्हें खिलाड़ी मुझे सारे बहुत बहुत धन्यवाद फिर कबड्डी ग्राउंड पर जुड़ चुके हैं कबड्डी बात कर रहे वाले का बहुत बहुत मैच भी तो जा रहा है उनसे कलारा से कौन थे बाजिया सारे तस्वीर रोड कर रहे हैं नई नई कबड्डी सेट की और जो कलारे की टीम आते हैं उनके बाजी की टीम आई सर्दी थी फिर भी वो दूसरी साइड आ जब इधर देखो बाजी में चिकारने हैं फिर दबाती लोड़ा का जो सोलना हुए काम है कलारी का तावा फिर बोल की बांध कर कि गोल में हम दहरा में चमकते नहीं तो इसमें दर दाना चार में कलारी में चेस्टे बारे बारे जामा जिन्हें कारी भी चलती हिटनी कबड्डी या रोकिटनी कबड्डी तर सेम सुनाओ की फैसला कर चुके ने तब एक पॉइंट लॉन्ग टाइम में भी हो बाद में आ गया ना कहते रावता पे नहर से आ गया खिलाड़ी का कबड्डी की प्रसिद्ध खिलाड़ी ने पेट हुआ कि हिटनी खेलने तो दुविधा ना प्रांगा होगी राख सांप की जवानी ने नामा होगी इधर खन्ने ने कबड्डी भाई है मेरी भी फिर कबड्डी बना दी है तीना साल वर्षी चीमा जोर पर
नीला साहब वंशी जीवा जोधपुर रामा दे ख्याली जोगी पीर माजी विद्या का न्याय करे तो दूसरी जीव के लड़के में जाएगा फंदे करे वंशी ने ठीक की बात ते रामा दे माजी के ए नीनी ने ते गहरा इस सारे जीवा दे पीर अपने महिला दे अनुसार ठीक बनी आउट कर जोड़ता इधर मावला का मुझे उसे पाते हुआ मुर्गों मुर्गी हुए थे कावने करा दिया वो जो उसका तारा वो तो कहने तेरी आंख लिया इधर नावने करा दिया इसने इस ता डाक्टर पाली का इधर समाप्त वाला है बस आज ठीक बढ़ती है साथे रोम रोम पे तो प्यार है ना हर पल में रहते हैं बोला थे ये तो डाक्टर है इसके आगे ना प्यार कर के बीच कराऊंगा थे पूरा खीर दे भी तो दाल लेगा मैं तो सहितों की तरफ धर्मा करता है मैं देरो देरो सुधार लेगा मैं तो सहितों की तरफ धर्मा करता है मैं देरो देरो सुधार लेगा अरे अरे भेजिया ने कमेंटिया बिनामो तीन तारी से बिल्कुल सहितों का कमेंट नहीं कर रहे एक से हो कमेंट नहीं कर रही हो गए तब सहितों प्रमाण की जमी एक दिन कुछ हो रहा है फिर आप योग का स्टेज तो बनवा के ग्राउंड में जावे रहे फिर आपके तस्वीर सुनाओ रहा एक महीने नहीं आ रही है बिट्टू सही होगे तारी जब तबरा दादी बेटा जितने भी होगे स्टेज पर पहुंचे तारी का अपने के और भी पैगर बेटा उनका बेच बदान बेटा यार का बेच समाधा दे बात के अंदर कपड़े पर कुछ समाधा दे बात के अंदर कपड़े पर कुछ झूठ समाधा दे बहुत बहुत ये ग्राउंड है बहुत बहुत ये साउंड है साउंड वाला भी ग्राउंड में संभाल करे साइड वाला साउंड वाला भी मासूम साउंड पावर पंजाबी नंबर वन बात साउंड है भी हो बहुत बहुत धन्यवाद बात भी ना होता ना अगली कमेटी के तो बोलते बना दे वाला फिर कमेटी बना दी तो कमेटी मांग दी बात आ गया हेलो अरे सारे सहयोग के लिए धन्यवाद करते हैं बिना के सानू इस टूर्नामेंट में आए हूं बहुत बहुत सहयोग अरे माया जी आज सारा धन्यवाद करते हैं एक बेनती करते हैं गल नहीं करी सी इन्हों ने सानू 1000 रुपया जां 1000 तो उपर माया जी आज जीवन आज जी प्यार वे मान सम्मान करना नु मान के अंदर जाएंगे कृपा करके नौ कर लेना इन्हों ने सानू 1000 रुपया 1000 तो भलता वो ठीक प्यार वे इथे अपने पवन जी को ट्रेनिंग स्टेज पे पहुंच जाना मेरा वीर पेंडल में तो लाइव टाइम की बात कर रहा है केवल पे वीर सही पे संपर्क करें सर्वसी पवन जीव सिंह कह निकालने की सर्वेनियम के भीतर वही राउंड का लगे हैं यार पॉइंटा वाला वीर दस्ते भी की टीम में तो शायद नहीं तो पॉइंटा वाला वीर दस्ते कोर्ट में बात किया कोर्ट में बात की थी टीम में शायद ही जीतू टीमा दीना साहब ने टीमा जोधपुर दीना साहब वर्षित टीमा जोधपुर दो भी टीमा दी भी तो एक भी टीम कोई ये तो ग्राउंड दी भी चोटे नहीं तो ऐसी दो भी टीम इस लाये था क्या रहे हैं दी क्या दी जोगी मीर का लाये था राम की टीम से रहा दीना साहब की टीम कोई भी टीमा जोधपुर क्या दी भी टीम कोई भी या राम की टीम कोई माझी में वर्षित भी बना सर भाते अगर था मैच जीत के बाद भी टीम में रन खेलने जाना ते नामा ते माशी की ए गहरा ते बीनिया टीम आज रोड पर वो टीम आज दादी रन खेल ट्वेंटी ग्राउंड में चोदा भी वो भी टीम आज चोदी है बहुत बहुत आभार है दीना साहब वर्षी टीम आज रोड पर इस मैच के बाद रामा वर्षी की ख्याली रामा वर्षी की ख्याली ये भी टीम आगे ने मैच भी चार बार जा रहे हैं माची के वर्षित को अनस अभी तानवाद कर रहे हैं डॉक्टर कलीम सगीरा बिना लेके काम को लेके हेलो ये डॉक्टरी खैरा ले 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 अजीत दादा बहुत बहुत तानवाद कर रहे हैं कलीम मेडिकल स्टोर बिना लेके सानू उत्तर देना फिर सेवा देनी है दीना साहब आपसे दीमा जो तो बोलती है दीमा के दरमियान है तो अगर मैं तो एक टीम बनती बनाती हूँ जिसमें उन्हें जा रहे हैं
ਇਹ ਕਹਿੰਦੇ ਮੇਰੇ ਵਾਲੀ ਸਾਈਡ ਤੇ ਜੀਵਾ ਜੋਰ ਕੋ ਦੀ ਜੀਵਾ ਤੇ ਸਾਹਮਣੇ ਤੇਰੇ ਦਾ ਅੱਖਾਂ ਦੇ ਜੀਵਾ ਸਾਡੀ ਧਰਤੀ ਤੇ ਦੇ ਮਗਰ ਪਿਆਪਾ ਦੀ ਕਾਰਗੋ ਕਹਿੰਦੀ ਆਪਣੀ ਸਮਝ ਵਿੱਚ ਬਹੁਤ ਕੱਟੀ ਕੋਈ ਛੇਤੀ ਵੀ ਨਹੀਂ ਅੱਜ ਲੈ ਆਉਂਦੇ ਰੋਟੀ ਖਾਣੀ ਦਾ ਨਾਮ ਹੈ ਖਾਲੀ ਇਸੇ ਦੂਜੇ ਪਾਸੇ ਕਹਿੰਦੇ ਨਾਮ ਹੈ ਕਰੂ ਇਸੇ ਦੇ ਖੁੱਤੀ ਕੋਲੇ ਵਾਲਾ ਵਿੱਚੀ ਥੋੜੀ ਟਰਾਈ ਕਰਦਾ ਸਾਰੀ ਪੁਆਇੰਟ ਦਾ ਢਾਲੀ ਦੇ ਹਿੱਸੇ ਹੋ ਗਿਆ ਰਾਮੇ ਦੀ ਟੀਮ ਆਇਆ ਦਾ ਹੱਥ ਕੇ ਰਾਮਵਰਸੀ ਖਾਲੀ ਇਹ ਜਿਹੜਾ ਜਿਹੜੇ ਅਗਰੇ ਮੈਚ ਹੋਏ ਆ ਤੁਹਾਨੂੰ ਸਵਾਲ ਮਾਸ਼ੀ ਦੀ ਕਿਹੜੀ ਟੀਮ ਆ ਜਾਂਦਾ ਠੀਕ ਵੜੀ ਗਰਾਊਂਡ ਦਾ ਲੁੱਟਣ ਹਾਰੇ ਆਇਆ ਰੂਪੀ ਮੇਂਦਿਆ ਕਿਹੜਾ ਕਰੀ ਕਿਹੜੇ ਹਰਨਾਂ ਦੇ ਜਿਸੀ ਕੇਵਲਦਾਰ ਭਗਤੀ ਸੀ ਅੱਜ ਨੂੰ ਬੰਦੇ ਕੇਵਲਦਾਰ ਭਗਤੀ ਉਹ ਬੰਦਾ ਫੜਿਆ ਗਿਆ ਕੋਲੇ ਦੇ ਵਿੱਚ ਬੰਦਾ ਤੰਨੇ ਵਾਲੀ ਕੁੜੀਆਂ ਜਾਣ ਦਾ ਫੈਸਲਾ ਕਰਨਾ ਉਹ ਬੰਦਾ ਫੜਿਆ ਗਿਆ ਨਹੀਂ ਕੱਟ ਲਵਾ ਤਾਂ ਤੇ ਉਹ ਬੰਦਾ ਕੋਲੇ ਦੇ ਵਿੱਚ ਬੰਦਾ ਤੋਏ ਕੁੜੀ ਨੂੰ ਮਾਰਿਆ ਉਹ ਫੈਸਲਾ ਕਰ ਕੇ ਆਉਣਾ ਭਾਰੀ ਨਾਮ ਹੈ ਲੱਖੀ ਲੱਖੀ ਕੁੜੀ ਜਿਵੇਂ ਜੋਧਪੁਰ ਵਾਲਾ ਮੁਹੰਮਦ ਦੀ ਬਾਤ ਉਹ ਵੇਖੇ ਕੁੜੀ ਮਨਾਲ ਦੇ ਦੇ ਇਹ ਮਾਨਲ ਸੁਪਰ ਸਟਾਰ ਦਾ ਮਿਹਨਤ ਕਰਦੇ ਨੂੰ ਮੁੰਡਾ ਉਸਦੇ ਬੈਠ ਕੇ ਨੰਬਰ ਪਾਇਆ ਨਹੀਂ ਜਾਣਾ ਉਹਨੂੰ ਉੱਤੇ ਭਗਤ ਸਰੀਰ ਕਮਾਇਆ ਨਹੀਂ ਜਾਣਾ ਸ਼ਾਮ ਸਵੇਰੇ ਕੋਈ ਨਹੀਂ ਚੌਂਕੀ ਭਰਨੇ ਨੂੰ ਇਹ ਮਾਨਲ ਸੁਪਰ ਸਟਾਰ ਦਾ ਮਿਹਨਤ ਕਰਦੇ ਨੂੰ ਕਿ ਜਦੋਂ ਮੌਤ ਆਉਂਦੀ ਹੈ ਆਉਂ ਤੇਰਾ ਖਾਲਸਾ ਲੱਖਾਂ ਜੋ ਪੈਦਾ ਨੇ ਆਉਂ ਤੇਰਾ ਖਾਲਸਾ ਜਦੋਂ ਮੌਤ ਆਉਂਦੀ ਹੈ ਆਉਂ ਤੇਰਾ ਖਾਲਸਾ ਜੀਨਾ ਸਾਹਿਬ ਦੀ ਧਰਤੀ ਕਹਿੰਦੇ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਜਨਮ ਜੋ ਪ੍ਰਾਪਤ ਧਰਤੀ ਹੈ ਮੇਰੇ ਪੁਆਇੰਟ ਦਾ ਇਹ ਨਾਮ ਦਾ ਕਰੂੰਗਾ ਪੁਆਇੰਟ ਕੀ ਹੈ ਜੀ ਪੁਆਇੰਟ ਧਰਤੀ ਦਾ ਕ੍ਰੀਟਰ ਦਾ ਧਰਤੀ ਦਾ ਪੁਆਇੰਟ ਹੈ ਜੀ ਧਰਤੀ ਵਰਸੇ ਰਾਮਾ ਮਾਸ਼ੀ ਦੇ ਵਰਸੇ ਤੁਹਾਨੂੰ ਸੇ ਵੀ ਜੀਵਾਂ ਦੇ ਪਿਆਰ ਇਹ ਕਬੱਡੀ ਰਾਮ ਦੇ ਨਾਲ ਜੁੜਨਾ ਹੈ ਇਹਨਾਂ ਜੀਵਾਂ ਨੂੰ ਮੇਰੀ ਬੇਨਤੀ ਕੀ ਕਾਉਂਟੀ ਇੱਕ ਪ੍ਰਸਾਦ ਸਭ ਨੂੰ ਸਹਿਣ ਕੋ ਮਾਪੇ ਦੀ ਵੀ ਬਿਹਤਰ ਹੈ ਜੇ ਹੈ ਨਾ ਨੂੰ ਇਹ ਕਿ ਰਾਮ ਨੂੰ ਧੱਕਾ ਮੁੱਕੀ ਹੈ ਨੀ ਨੂੰ ਇਹ ਬਾਣਾ ਸੁਪਰ ਸਟਾਰ ਦਾ ਮੀਨ ਕਰਦੀ ਨੂੰ ਇਹ ਬਾਣਾ ਸੁਪਰ ਸਟਾਰ ਦਾ ਮੀਨ ਕਰਦੀ ਨੂੰ ਉਹਦਾ ਕਹਿੰਦੇ ਸੀਮੇ ਨੇ ਕਬੱਡੀ ਬਾਜਦੀ ਆ ਜੀਨਾ ਸਾਹਿਬ ਕਹਿੰਦਾ ਕਿ ਕਾਉਂ ਕਿੰਨੂ ਕਿਤੇਗਾ ਉਹ ਬਾਹੂਗਾ ਕਬੱਡੀ ਅੱਜ ਤੋਂ ਕਿਤੇ ਜੀਵੇ ਪਟਾਂ ਦੀ ਵੀ ਜੋਰ ਦਿੱਤੋ ਉਹਨੇ ਜਾਣਾ ਜੀ ਕਿਤੇ ਤਰਸੀਬ ਸਮਾਉਂ ਫੈਸਲਾ ਕਰਦੇ ਵੀ ਪੁਆਇੰਟ ਦਾ ਜਾਤੀ ਦੇ ਹਿੱਸੇ ਲੁੱਟਾ ਹੋਇਆ ਕਾਹਦੀ ਮੰਗਿਆ ਨਾ ਅਗਲੀ ਕਬੱਡੀ ਤੇ ਖਾਸ ਜਰੂਰਤਾ ਕਿ ਆਰੀ 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 ਉਹ ਕਿਹੜੀ ਖੇਡ ਮੇ ਕਰੋ ਜਿਹੜੀ ਸਾਰੀ ਖੇਡਾਂ ਚ ਨਿਆਰੀ ਇਹਨੂੰ ਉਹ ਕੀ ਕਬੱਡੀ ਆ ਕੇ ਸਾਨੂੰ ਲੱਗੇ ਜਾਣ ਤੋਂ ਨਿਆਰੀ ਖੇਡਾਂ ਭਾਵੇਂ ਹੋਰ ਬੜੀਆਂ ਸਾਡੀ ਇਸੇ ਨਾਲ ਸਰਦਾਰੀ ਆ ਪਾਵੇਂ ਤੇ ਲੱਖੀ ਇਸੇ ਜਿਵੇਂ ਜੋਰ ਕੋ ਵਾਲਾ ਪੁਆਇੰਟ ਆਪਣੇ ਜੀਤੇ ਇਸੇ ਜੋੜਦਾ ਹੋਇਆ ਮਾਨੀ ਸੁਦੀਪ ਸਿੰਘ ਆਉਣਾ ਨਾ ਅਗਲੀ ਕਬੱਡੀ ਇੱਟਿਆ ਕਮਾਦ ਧੁੱਤੇ ਵਾਲੀ ਕਿੰਨੀ ਦਿੱਕੀ ਤੋਪਾ ਹੈ ਵਾਕਰ ਇਹ ਵੀਰ ਵਾਕਰ ਗਿਆ ਧੁੱਤੇ ਵਾਲੀ ਕੱਜੇ ਚੱਲੇ ਵਾਕਰ ਸਵਾਲ ਹੈ ਕਿ ਕਬੱਡੀ ਦਾ ਕਿ ਖੁੱਲ ਜਾ ਕੇ ਕਿੰਨੀ ਬੁਹਾ ਮੀਰੀ ਕਿਸਮਤ ਦਾ ਸਰ ਦੇਉ ਮੇਰੀ ਵੀ ਦੂਰ ਤੇ ਐਸਾ ਬੜਾ ਖੜਾਈ ਮੈਂ ਫਿਰ ਦੁਨੀਆ ਦੇ ਸੁਪਰ ਸਟਾਰ ਵੇਤਰੀ ਨਾ ਜੀ ਆਹ ਖਰਾਕਾਂ ਦੇ ਰਾਤ ਦਾ ਮੇਰੇ ਤੋਂ ਭਾਜੀ ਮੈਂ ਸਾਈਕਲ ਤੇ ਘੁੰਮਦਾ ਘੁੰਮਦਾ ਚੜ ਜਹਾਜ਼ ਦਾ ਮੈਂ ਅੱਜ ਲੈਂਡ ਕੈਨੇਡਾ ਦੀ ਕਰੇ ਕਰ ਨਾਮਾ ਸਵਾਰੀ ਮੈਂ ਲੋਕੋ ਵਾਲੇ ਮਹਾਪੁਰਸ਼ਾਂ ਦੀ ਗੋਦ ਦੇ ਮੇਰ ਜਾਵੇ ਹੈ ਤੋ ਮੇਰੇ ਧਰਨੇ ਵਰਗਾ ਬੜਾ ਵਿਧਾਰੀ ਮੈਂ ਖੁਦ ਜਾਵੇ ਜੀ ਕਿਤੇ ਬੁਹਾ ਮੇਰੀ ਕਿਸਮਤ ਦਾ ਮੈਂ ਦੇਉ ਮੇਰੀ ਵੀ ਦੂਰ ਤੇ ਐਸਾ ਬੜਾ ਵਿਧਾਰੀ ਮੈਂ ਲੱਖੀ ਕੋਣੀ ਬੋਲਦਾ ਤੀਲਾ ਸਾਹਿਬ ਦਾ ਦਾਤੀ ਆ ਪਰ ਮੈਂ ਸੌਖੇ ਨਹੀਂ ਹੁੰਦੇ ਉਹਨਾਂ ਨੇ ਸਭ ਦਾ ਸਫੇਦ ਲੱਕ ਇਹ ਦਾ ਹੱਕ ਰੂਹ ਤੇ ਜੀਨੇ ਪੁਆਇੰਟ ਢਾਲੀ ਦਾ ਪੁਆਇੰਟ ਢਾਲੀ ਦਾ ਮਾਸ਼ੀ ਦੀ ਵਰਸੇ ਦੀ ਤੁਹਾਨੂੰ ਸਰ ਇਹ ਵੀ ਟੀਮਾ ਯਾਰੀ ਨੇ ਨਾ ਠੀਕੀ ਵਾਲਾ ਵਰਸੇ ਫਤਿਹਗੜ ਮਾਸ਼ੀ ਕੇ ਇਹ ਤੇ ਚਾਵਾ ਦੀ ਜੀਵਨ ਦੇ ਦਰਿਆ ਮੈਂ ਖੇਡੇ ਜਾਣਾ ਕਹਿੰਦਾ ਕਿ ਮੀਨਿਆ ਕੋਈ ਹੈ ਤੇ ਸ਼ੀਜੀ ਵਾਲ ਫਰਦ ਕਾਤੂ ਕੋਲ ਤੇ ਬਾਣੀ ਮੁਸਤਾ ਤੇ ਰਾਏ ਸਰ ਦਾ ਮੈਂ ਜਾ ਜਾ ਕੇ ਭਾਈ ਜੀ ਦੀ ਜੀਵਨ ਨਾਲ ਖੇਡੇ ਜਾਣਾ ਸਾਰੇ ਖਿਡਾਰੀ ਵੀ ਆਪਣੇ ਬਹਿਤਾਂ ਦੇ ਅਨੁਸਾਰ ਦੇਖੋ ਆਪਣੇ ਸਰਕਾਰ ਵਾਲਿਆਂ ਨੂੰ ਮੈਂ ਨਾਮ ਸਾਹਦੇ ਵੀ ਟ੍ਰੇਨ ਦਾ ਜਿਹੜਾ ਵੀ ਘੱਟੀ ਨਾ ਫੰਗਾ ਕਬੱਡੀ 75 ਕਿਲੋ ਵਾਲੇ ਵੀ ਜਿਹਨੇ ਟੀਮਾਂ ਪੁੱਜੀ ਜਿਹਨੇ ਖਿਡਾਰੀ ਵੀ ਉਹ ਤੇ ਬਹੁਤ ਬਹੁਤ ਧੰਨਵਾਦ ਕੋਈ ਪ੍ਰਬੰਧਕ ਟੂਰਨਾਮੈਂਟ ਕਮੇਟੀ ਵੱਲੋਂ ਵੈਲਕਮ ਆਖੇ ਜਾ ਰਿਹਾ ਸਾਡੀ ਬੇਨਤੀ ਵੀ ਆਪਾਂ ਇਸ ਰਾਉਂਡ ਤੋਂ ਬਾਅਦ ਕਬੱਡੀ 75 ਕਿਲੋ ਵਾਲੇ ਦੇ ਬੈਟਾਂ ਦੇ ਨਾਲ ਸਾਥ ਪਾ ਦੇਣੀ ਆ ਕਿ ਜਿੱਤਦੇ ਨੇ ਸਾਲ ਸਵਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਬਲਮਾ ਦਾ ਪਿਛੋਵਾਰ ਝੰਡੇ ਨਾਲ ਚਾਰ ਹੀ ਤਰੀਕੇ
ਕਿਆਣਾ ਵਾਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਨਾਲ ਡੰਗੇ ਨਾਲ ਸਿੱਖ ਸਰਦਾਰ ਨਹੀਂ ਲੱਗ ਸਕਿਆ ਪਰ ਪੁਆਇੰਟ ਦਾ ਨਖੀ ਜੀਵੇ ਜੋਰ ਕਰ ਵਾਲਾ ਆਪਣੇ ਦਿੱਤੇ ਇਸ ਦੀ ਜੋੜ ਦਾ ਫਿਰ ਪਾ ਵੀ ਲਾਉਂਦੇ ਨਾ ਕੋਈ ਸੰਗੀਤ ਸੀ ਕਹਿੰਦਾ ਇੱਕ ਸੁਰਖ ਪੁਰਿਆ ਇੱਕ ਲੰਗਰ ਦਾ ਇੱਕ ਨੰਗਰ ਆਪਣੇ ਨਾਲ ਇਹ ਤਾਂ ਦੇਖੋ ਦੀਨਾ ਸਾਹਿਬ ਦੀ ਧਰਤੀ ਆ ਸੰਦੀਪ ਸਿੰਘ ਸੀਤਾ ਇਹ ਹੋਇਆ ਕਮਾਲ ਦਾ ਸਫੇ ਦੇ ਵੀਰ ਫਿਰ ਕਬੱਡੀ ਮਹਾਰਾਜ ਲਾਗੇ ਦਾ ਫਿਆਰ ਉਹ ਲਾਗੇ ਲੱਗਿਆ
कंपनी हर भक्त में तो फोटो लगे दे देत देत के हे कपाल का पीपा हुआ रामपुर लिए दे सरकार था नाम जी बजी दे इनी री माल बिट्टू दे अंदर पूरी कर दूंगा हेडी ईशा दिल में अंदर बैठा था ही मैं और आवे जी के तेरी गुफा मेरी किस्मत का कर देव करी भी दूर से ऐसा बड़ा खिलाड़ी मैं कर देव करी भी दूर से ऐसा बड़ा खिलाड़ी मैं ठिकरी वाल बैठा ते थोड़ा कहते जीना बड़ा पसंद है मेरी भी इस बेटा पम्मा एक ऊपर वाला ये भी पम्मा नाम है सिद्धांति का कोई बात जो बंदा बहुत बंदा से आपके पास आती है हर पॉइंट में तो ताली का ये काम है जो सवाल आ रहे दूध की ताली मार के दसो दसवीं ये ताली जरूर भी मारती है पता लग रहा है लोग कहते मन को लग गया था कि दुनिया पूरी भी झूले नो कोई नाम नहीं लगता पर जाएगा ते पंजे शेरा बांगरा लड़ते ने देखो नाम तो मार सारा अभी न्यूटी ना जोर भर लगूगा ते दुनिया खड़खड़ तकू यार दुनिया खड़खड़ तकू यार रामेंद्र जी में इस मैच की जीतू टीम ਕਬਾਡੀ ਤੁਹਾਡੇ ਸਰਕਾਰਾਂ ਨੇ ਟੀਮ ਵਾਲਿਆ ਉਹਨਾਂ ਐਟਾ ਹੋ ਜਾਣਾ ਅਸੀਂ ਸਿਰਫ 40 ਟੀਮਾਂ ਲਈ ਐਟਰ ਕਰਨਾ ਇਸ ਤੋਂ ਬਾਅਦ 40 ਟੀਮਾਂ ਸੈਂਟਰ ਕਰਨੀਆਂ 30 ਟੀਮਾਂ ਐਟਰ ਕਰਨਾ ਦੋ ਸਾਡੇ ਪੈਣ ਦੇ ਹੋ ਜਾਣਗੇ ਅਸੀਂ ਆ ਮੈਚ ਮੁਕਨਾਲੇ ਜਾ ਤੋਂ ਬਾਅਦ ਸਾਡਾ ਕੱਢਣੀਆਂ ਜਿਹੜੇ ਕੋਈ ਐਟਰ ਹੋਣਾ ਮੌਣਾ ਸਾਡੇ ਨਾਲ ਕਿਸੇ ਦੀ ਨਾਲ ਜਿਹੜੇਗਾ ਜਿਹੜੇਗੇ 12 बजे से पूरे के धर्म मैच चला रहे हैं शहर भाई 40 टीम है हमारे फिर बेनती कर रहे हैं 40 टीम है एंटर कर रहे हैं जी हेलो बहुत तगड़ा मैच खेले जा रहे हैं इधर कहते और दूसरी टीम ने भी मोदी में भी रो मेन गेट वाली साइड पहले कबड्डी पे ना नाम में खिलाड़ी सुने मैं तो अभी सचिन प्रभात के टूर्नामेंट में बैठे हुए मिले भाई तो नाम तो सुख खिलाड़ी आते हैं कि पहले तो यार नाम लोगों ने बाबू जरूरी नहीं रामने भी दफा आया थे इधर पागल सिंह जी सिद्धू बनो इस कबड्डी में कहते हैं प्यार पहला बड़ा मान तुम्हारा ये पहले नाम में खिलाड़ी आते की नाम ਸੇਵੇ ਵਾਲੂ
फतेहगढ़ की टीम पुजी है, ये दूसरी साइड की टीम ठिकरीवाल की टीम है, बिना नाम है मेरे लिए खिलाड़ी का बोले अपने साहब उनके पास से सुधार है। पहली कबड्डी की माथा टेक के मुंडे ने हाथ जोड़े
देखो लगे को मारो शेर जो थापी तागी चले गोटिया बाण लोको हैडी ने गोटी पालती माशी के बेटे ने डाफी पर तैयार का बाण तो थोड़ा इस डाफी का पॉइंट का अभिदा पॉइंट का अभिदा तागी तागी ने अगली गोटी हैप्पी गोटी पाले माशी के बेटा ताले अपने बेटा हैप्पी मावड़े ने कम कुछ आज डाफी ने ते बोले अपने खीर गोटी बदार दत्ता हमें दियो नहीं रिश्ता वो तो कहना तू खाल का लगा हुआ लग गया इधर तेरे हवाई जहाज में जा रहे आसमान में भी तो गाड़ी मजार में भी तो कल मेरी भी बकरी है पानी लाऊं मैं अगली घोटी फिर घोटी मजार में भी तो नाव में कब रहेगी तू इस वेरे जगावा नहीं था तेरा गाड़ी घोटी बाउंड्री बात हो गया गहरा से मीनिया इन टीमा प्यारा जा रहे हैं गहरा से मीनिया लव पॉइंट का पीला पॉइंट का पीला अफीसल बहुत ही सुधार होगा राती सवार सुनने में राती ना उनके खेत कोटी में लगे खेत जान और वाली गाले हैं मेरे बिरो ऐसी घंटी ऊपर से बिच में खेत कोटी का हमला दी सेवा कर रहे हैं इवी बटे तो आत्मा के मन से आकर हैं सितार कर रहे हैं ना आसनी है ना तो सामने देखो इस वजह सामने अपने बेटा है मामले बताई नहीं रिश्ता इधर का ये कितना गाजी है ना तीखा था दीवार का तीखा का मनुष्य दुनिया के ना दीदी दीवार का तंत्र का मेंट का से पंच नगर मेंट का शिवा का ना तंत्र का धार बित्रो काले का घोटी दिए धार बित्रो काले का घोटी दिए धार बित्रो अगली घोटी खीर घोटी में धार दिए हैरी ने भारत दिया हैरी चार लाखिया और की पटनी में घोचला के ताकत घोचल सहित मारे ना लहाज मुरी साजी सजना बड़ी बाकी उनकी खेत की घोटी सजना एक उस सिंधरे में दाल के ग्राउंड में था बहुत बड़ी की पूरी ना बड़ी घोटी सजना बड़ी बाकी उनकी खेत की घोटी सजना बड़ी बाकी उनकी खेत की घोटी सजना मीनिया ने कहना मीनिया वासन कहना कोकरी हेरा ते शीनी वाले घोर तक ताकत पुराते मारी मस्तवा इवनी मार ग्राउंड में चलना वा वा इधर पॉइंट का अभी तक गैरा वासिल मीनिया गैरा वासिल मीनिया ये की पैर का स्वाद आ रहा है ते जो भी ताली मार के दसवां मीन का तो बोलने पहले आ रहे हैं वीडियो मीन का तो बोलने पहले आ कि नाल मास में गुंडी है इनका डावले में भी चलाना हिंच बनाने चक्कर लेने की बैठते वाल कर साना उनमें ये दर्शन को फांदा दे फिर दर्शन की शोर बजा दे हिंच पाग में जागवाल का इतना है मैं दिखा दे हिंच पाग की जागवाल का इतना है मैं दिखा दे ना वो पॉइंट डांटी लगाए इस मामला इन टीम में जेतु ने स्लाइड में तो इस स्लाइड में तो ड्रामा ने की भी जेतु का गहरा मासिक मीनिया पहला वासी मीनिया वो भी टीम के प्लेयर खेल कोटी ग्राउंड भी सेंटर लैंड में घोषणा है अगर मैच को उनकी हेरा से शीनी वाला घोर कर ताकत उड़ा दे मारे रोस्पा आगे जल्दी भी इस मैच में जो कार्य भी है जगामा की टीम जीतू है जगामा पहला तो मीनिया का मैच खेल कोटी ग्राउंड में खेले जाएगा कोकरी हेरा ते शीनी वाला घोड़ा ताकत पुराते मारी मोस्तुरा राय सरते ज्ञान पर पाइका इवी टीम ने प्लेयर ग्राउंड रे नजदीक ही रहे मीनिया वर्षी ने गहरा दिन टीम के दरमियान है मैच खेले जा रहा है गहरा दिन टीम ने भी मीन गेट वाली सहारा
ਮੀਨੀ ਦੀ ਟੀਮ ਵਿੱਚ ਸਟੇਜ ਵਾਲੀ ਸਾਈਡ ਹੁੰਦੀ ਆ ਤਕੜਾ ਮੈਚ ਹੈ ਮੇਰੇ ਵੀਰੋ ਕਿ ਖੇਡਾਂ ਵਿੱਚ ਤਾਂ ਖੇਡ ਬੜੀ ਸ਼ਾਨ ਪੰਜਾਬੀ ਦੀ ਇਹਦੇ ਵਿੱਚ ਹੀ ਬਾਸੀ ਰੋਕੋ ਜਿਹਦੀ ਸ਼ਾਨ ਪੰਜਾਬੀ ਦੀ ਵਿੱਚ ਮਦਾਨੇ ਭੇਟਣਾ ਹੁੰਦਾ ਕੰਮ ਦਰੇਰਾ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਜੋ ਮਾ ਦੀਵਾ
ਜੀਤਾ ਸਿੰਘ ਜੀ ਧਾਲੀਵਾਲ ਸੁਪੁੱਤਰ ਸਰਦਾਰ ਦਰਬਾਰਾ ਸਿੰਘ ਜੀ ਨਵੇਂ ਵਾਸੀ ਨੇ ਉਹਨਾਂ ਨੇ ਸਾਡੀ ਟੂਰਨਾਮੈਂਟ ਕਮੇਟੀ ਨੂੰ 10,000 ਰੁਪਇਆ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀਤਾ ਧਾਲੀਵਾਲ ਜੁੜੇ ਸੇ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ 10,000 ਰੁਪਇਆ ਟੂਰਨਾਮੈਂਟ ਕਮੇਟੀ ਦਿੱਤਾ ਮੇਰੀ ਟੀਮ ਦੇਖੋ ਜੀ ਕੋਕਰੀ ਹੈਰਾ ਦੀ ਟੀਮ ਦੇਖੋ ਜੀ ਕੋਕਰੀ ਹੈਰਾ ਤਾਸਪੁਰਾ ਦੇ ਮਾਨੀ ਮੁਸਤਫਾ ਤਾਸਪੁਰਾ ਵਰਸੇ ਮਾਨੀ ਮੁਸਤਫਾ ਰਾਏ ਸਰ ਵਰਸੇ ਜਾਤਪੁਰਾ ਭਾਈ ਦਾ ਇਹਨਾਂ ਮੈਚਾਂ ਬਾਅਦ ਆਪਾਂ ਅਗਲੇ ਰਾਉਂਡ ਦੇ ਨਾਲ ਸਾਂਝ ਪਾਉਣੀ ਆ ਕੋਠੇ ਪਾਸੀ ਦੇ ਤਰਾਮਾ ਪਾਪੂਰਾ ਦੇ ਜੀਵਾ ਜੋਰਪੁਰ ਤਰਾਮਾ ਦੀ ਤੱਕ ਭਾਈ ਦਾ ਰਾਉਕੀ ਦੇ ਦਰਬਾਰ ਦਾ ਪਮਾਸੀ ਕੇ ਕੀ ਖੇਡ ਕਬੱਡੀ ਮਾਸਤੀ ਦੀ ਤੇ ਇਹਦੇ ਮਾਸਤਾ ਨੂੰ ਲੱਗ ਵੇਖ ਲੋ ਕੁੰਡੀਆਂ ਦੇ ਸਿਰ ਫਸਲ ਲੈ ਕੇ ਨਵੇਂ ਖੂਨ ਦੇ ਰੰਗ ਵੇਖ ਲੋ ਆਖੇ ਧਰਮਾ ਸਹਿਜੋ ਮੇਰਾ ਮੈਂ ਤੇ ਬਾਗ ਦੀ ਜੰਗ ਵੇਖ ਲੋ ਆਖੇ ਧਰਮਾ ਸਹਿਜੋ ਮੇਰਾ ਮੈਂ ਤੇ ਬਾਗ ਦੀ ਜੰਗ ਵੇਖ ਲੋ ਮੈਂ ਤੇ ਬਾਗ ਦੀ ਜੰਗ ਵੇਖ ਲੋ ਮੈਂ ਤੇ ਬਾਗ ਦਾ ਜੰਗਾਂ ਦਾ ਮੁਕਾਬਲਾ ਵਿੱਚ ਵੀ ਨੂੰ ਤੁਹਾਡੀ ਬਾਗੀ ਦੇ ਵਰਗਾ ਤਕੜਾ ਮੈਂ ਇਸ ਵੇਲੇ ਤਖਤਪੁਰਾ ਸਾਹਿਬ ਵਰਸੇ ਮਾੜੀ ਮੁਸਤਫਾ ਕੋਈ ਦੀਵਾ ਰਾਉਣ ਦੀ ਦੁਨੀਆ ਇਸੇ ਪੁਆਇੰਟ ਲੋੜਦਾ ਹੋਇਆ
ਦੇਖਣ ਲੱਗ ਜਾ ਕਰੂਗਾ ਕਿ ਜੇ ਕਿ ਸਰੀਰ ਇਹਦਾ ਪੁੱਤਰੇ ਦੀ ਭੂਰੀ ਆ ਲੱਗਦਾ ਜ਼ਰੂਰ ਇਹ ਨੰਗੀ ਹੋਣੀ ਭੂਰੀ ਆ ਨਾ ਹੀ ਬਹੁਤ ਪਤਰਾ ਤੇ ਨਾ ਹੀ ਬਹੁਤ ਹੈ ਕਿ ਲੈ ਦੇਖੋ ਆ ਮੈਚਣਾ ਦਾ ਮਤਾ ਕੁਤਰਾ ਦੇ ਮਾਰੀ ਬੋਲਾ ਜੀ ਆ ਇਹਨਾਂ ਮਾਰੀ ਬੋਲ ਫੜਾ ਤਾ ਆਇਆ ਹੈ ਡਾਕਟਰ ਦੀ ਟੀਮ ਦੇ ਜੀ ਇਹਨਾਂ ਦਾ ਜਾਣ ਦਾ ਨਾਮ ਸਰੋ ਜੀ ਆ ਤਾਂ ਨੂੰ ਮੈਟਰੀ ਇਹਨਾਂ ਦਾ ਗਿਆਨ ਹੋਵੇ ਰਾਏ ਸਰ ਤੇ ਦਿਆਲ ਸਾਹਿਬ ਭਾਈ ਦਾ राय सर ते दयाल पुरा भाई भाई के टीमा दयालवर जा रहे हैं कोठे बाधिया ते रामा कोठे बाधिया ते रामा मस्तगढ़ ते जोधपुर जीमा चक भाई भाई ते चरामा राव के ते दरबार का तो मांगते थे ये भी टीमा खेल कबड्डी कराउंड के नाल जुड़ जाए तो सब ने मिल मिल पाई हुई खेल कबड्डी मदान और कबड्डी है चार जाती है पट्टी हुई खोलता है लगे हो दूर है मेरे वीरो तो तैयार पर किड़े खिलाड़ी का बड़ा मारने वाला तो इस वेले तू भी वहां था मेरे वीरो भोपाल है घोट में हबीबगढ़ ये भी दो मिनट टीमा एक मिनट तो पहले ही खेल कबड्डी ग्राउंड का जुड़ जाए दो मिनट टीमा भोपाल है घोट मैं हबीबगढ़ आऊंगी अगले मैच में मेरी बेनती है राय साहब ने दयालपुरा भाई का अभी आज प्राण सिया मारी मसवाला तत्पुरे दे ओ एंटर एकटा लाउंज ना टीमा दे सारी टीम ने आनी चाहिए बाकी आ कपड़े वाले रहेंगे खिलाड़ी अभी लाल में नहीं बोले एक कड़ा ना फाटा अभी दूसरी टीम का चलेगा सारे वीर सारी सतपुरा खेड़ कबड्डी ग्राउंड में पहुंचे खेड़ कबड्डी का बढ़िया बुलारा बढ़िया बोल बोलता खेड़ कबड्डी के मेरे वीर एक सेवा इस वीर की बहुत बड़ी बहुत बड़ा धन्यवाद वो भी वीर ग्राउंड में पहुंचा वे आप जी तैयार पूरा भाई का ते राय सर आ गई तैयार पूरा भाई का भी आ गई ठहर के पिला कैली भेजी वीर पिला दरबार ਆਪਣਾ ਬਿਲਾ
ਉਹਾਰੇ ਖੋਲਾ ਨੂੰ ਭੂਮੀਕਰਨ ਦੀ ਗੱਲ ਕਰਦੀ ਹਾਂ ਕਮੇਟੀ ਦੇ ਪ੍ਰਧਾਨੀ ਦਾ ਆਜਾ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਭਾਈ ਮਰਜੀਤ ਪੁੱਜਿਆ ਕਾਲਕਾਲ ਪਿੰਡ ਦਾ ਲੜੀ ਨੂੰ ਜਿਹੜਾ ਅੱਜ ਦੇ ਵੀ ਕੋਲ ਆ ਕੇ ਪੈਂਦਾ ਪਿੰਡ ਹੈ ਪਿਛਲੇ ਸਾਲ ਵੀ ਇਸ ਵਾਰੀ ਪ੍ਰੋਗਰਾਮ ਦੇ ਯਾਰ ਨੂੰ ਬੁਲਾਇਆ ਆਪ ਸਾਹਮਣੇ ਵੇਖੇ ਉਹ ਕਮੇਟੀ ਪਾਈ ਟੁੱਟੀ ਮੰਜੀ ਬਾੜ ਪਾਣਾ ਬਿਜਲੀ ਜੀ ਦੇ ਸਾਰੇ ਉਸਨਾਂ ਦੇ ਫੌਜੀ ਦੇ ਜਿਹੜੇ ਬਹੁਤ ਸੁਣੇ ਲੱਗਦਾ ਸਾਡੇ ਭਾਈ ਪੂਜੇ ਹੋਏ ਗੁਰਪਾਲ ਸਿੰਘ ਰੌਣੀ ਪਿੰਡ ਚੰਡੀਗੜ੍ਹ ਦਾ ਏਰੀਆ ਹੈ ਰੋਪੜ ਦੇ ਕੋਲ ਆ ਗਏ ਇਹਨਾਂ ਦੇ ਨਾਲੇ ਪਰ ਪਿੰਡ ਹੈ ਫੌਜੀ ਹੋ ਗਿਆ ਹੋਇਆ ਇਸ ਕਮੇਟੀ ਟੂਰਨਾਮੈਂਟ ਦੇ ਕੋਲ ਜਿੱਤੇ ਸੀ ਭਾਈ ਸਰਪਾਲ ਸਿੰਘ ਕਰਪਾਲ ਸਿੰਘ ਜੀ ਰੌਣੀ ਪਿੰਡ ਫੌਜੀ ਸਾਹ ਹੋਏ ਹੋਏ ਹੈ ਔਰ ਦਾਇਰ ਨੂੰ ਧੰਨਵਾਦ ਕਰਦੇ ਭਾਈ ਤਰਨ ਸਿੰਘ ਦਾ ਜਿਹੜੇ ਸਾਡੇ ਵੀਰ ਇਸ ਕਮੇਟੀ ਟੂਰਨਾਮੈਂਟ ਦੇ ਪੂਜੇ ਦਰਸ਼ਨ ਕਰਵਾਉਂਦੇ ਹੈ ਬੜੀ ਗੱਲ ਸੁਖੀ ਗੱਲ ਦਾ ਕੋਈ ਨਾ ਹੋਵੇ ਔਰ ਧੰਨਵਾਦ ਕਰਦੇ ਆਹ ਸਾਹਮਣੇ ਕਮੇਟੀ ਬਾਉਂਡ ਦੇ ਤਾਲੀ ਚੁਕਾ ਦੋ ਜਿਵੇਂ ਬਿੱਟੂ ਨੇ ਕਮੇਟੀ ਦੀ ਸਿਰਤ ਕੀਤੀ ਹੈ ਪੰਜਾਬੀ ਮਾਂ ਮੰਦੇ ਕਮੇਟੀ ਖੇਡ ਨੂੰ ਔਰ ਬਾਕੀ ਮਾਂ ਦੇ ਵੀਰ ਮਾਂ ਖੇਡ ਕਮੇਟੀ ਬਾਕੀ ਮਾਂ ਮੰਦੇ ਕਮੇਟੀ ਮਾਂ ਦੀ ਹੰਦਾ ਸੇ ਵੀ ਸੇ ਬਣਾ ਦਿੰਦੀ ਅੱਧ ਟਿਕੇ ਦਾ ਸਦਾ ਕੋ ਬਣਾ ਦਿੰਦੀ ਅੱਜ ਵੀ ਹਾਸੀ ਉਹਦੀ ਵਗਦੀ ਹੈ ਲੰਮੀ ਹੁੰਦੀ ਪਰ ਮੁੜ ਕੋਈ ਯਾਦ ਦਾ ਲੋਕ ਨਹੀਂ ਕੋਈ ਨਹੀਂ ਤਾਲੀ ਟੈਕਰਾ ਮੈਂ ਸਾਰੀ ਖਿਡਾਰੀ ਖੱਬੇ ਪਾਸੇ ਆ ਗਏ ਆਪਣੀ ਟੀਮ ਐਂਟਰ ਕਰਵਾ ਸਕਦੇ ਆ ਕਬੱਡੀ ਖਿਡਾਰੀ ਵੱਲੋਂ ਅਪੀਲ ਹੈ ਕਿਰਪਾ ਕਰਕੇ ਜਿਹੜਾ ਸਪਰੇਅ ਸੁਣਾ ਮਾਰਾ ਗਿਆ ਹੈ ਅਧਵਨ ਕੇ ਬੇਨਤੀ ਹੈ ਕਿਉਂਕਿ ਕਮੇਟੀ ਨੂੰ ਸਖ਼ਤ ਹੋਣਾ ਪੈਂਦਾ ਨਗਰੇ ਪੰਜਾਬ ਦੀ ਸਿਰਫ ਸਨਾਵਾ ਇੱਥੇ ਰੱਬ ਵਰ ਗਈਆਂ ਮਾਮਾ ਨਗਰੇ ਪੰਜਾਬ ਦੀ ਸਿਰਫ ਸਨਾਵਾ ਇੱਥੇ ਰੱਬ ਵਰ ਗਈਆਂ ਮਾਮਾ ਧਰਤੀ ਪੰਜ ਦੇ ਅਰੋਂ ਦੀ ਆਣੀ ਜਿਹਦਾ ਸਰਬ ਦਰਗਾ ਹੋਵੇ ਬਾਣੀ ਅੰਗਾ ਪੰਜਾਬ ਦਾ ਵੀ ਕਮੀ ਕਹਿੰਦੇ ਨੇ ਪ੍ਰਜੀਤ ਸਿੰਘ ਜਿੱਕੀ ਰਾਮਪੁਰ ਵਾਲਾ ਕਬੱਡੀ ਖੇਡ ਪ੍ਰੋਗਰਾਮ ਦੇ ਵਿੱਚ ਵੱਡਾ ਨਾਮ ਹੈ ਆ ਗੁਰੂ ਦਾ ਨਾਮ ਵੀ ਜਿੱਕੀ ਹੈ ਉਹਦਾ ਇਹ ਖੁਦ ਮੇਲਾ ਹੋ ਜਾਂਦਾ ਹੈ ਔਰ ਕਬੱਡੀ ਬਾਣੀ ਦੀ ਬਾਤ ਆਵੇ ਤਾਰਾ ਵੀ ਸ਼ਕਤੀ ਕਿਹੜਾ ਨਾਮ ਹੈ ਔਰ ਗੱਲ ਅਮਰੀ ਬਾਣੀ ਹੋ ਗਈ ਉਸੇ ਬਿੰਦੇ ਸ਼ੀਰੇ ਦੀ ਗੱਲ ਹੋ ਗਈ ਅਮਰੀ ਅਰਗੀ ਵਾਲੀ ਦਾ ਬਹੁਤ ਹੀ ਵਧੀਆ ਖਿਡਾਰੀ ਹੈ ਉਸੇ ਬਿੰਦੇ ਦੇ ਵੀ ਹੋ ਆ ਸਾਹਮਣੇ ਜਿੱਕੀ ਬਾਣਾ ਹੋਏ ਕਬੱਡੀ ਆਗਿਆ ਕਾਰਨ ਦੀ ਬੇਨਤੀ ਆ ਰਿਹਾ ਬਾੜੇ ਵਾਲਿਆਂ ਨੂੰ ਕਿ ਜਿਹੜਾ ਕੱਲ ਵਿਧਰ ਆਉਂਦਾ ਤੇ ਖੇਡਿਆ ਉਹ ਵੀ ਤਾਂ ਨਹੀਂ ਖੇਡੂਗਾ ਇਹ ਜਵਾਨ ਦੀ ਗੱਲ ਕੋਈ ਹੋਰ ਖੇਡਿਆ ਅੱਜ ਕੋਈ ਹੋਰ ਖੇਡੀ ਜਾਣਾ ਉਹ ਵੀ ਤਾਂ ਨਹੀਂ ਖੇਡੂਗਾ ਕਮੇਟੀਆਂ ਤੋਂ ਫੜਦਾ ਜਿਹੜਾ ਬਾੜੇ ਵਾਲਾ ਬਾੜ ਕੋਲ ਉਹ ਨਹੀਂ ਖੇਡੂਗਾ ਦਾਨੀ ਸਲਾਮੀ ਬਲਜੀਤ ਹੈ ਵਾ ਵੀ ਜਿਹੜਾ ਖਿਡਾਰੀ ਨੂੰ ਗਰੀਬ ਦੁਆਰਾ ਲਾ ਕੇ ਆਵੇਗਾ ਉਹ ਰੇਟ ਨਹੀਂ ਪਾਉਂਦੇ ਕੋਸ਼ਿਸ਼ ਕੀਤੀ ਪਰ ਬਹੁਤ ਦੀ ਕਾਫੀ ਹੈ ਔਰ ਗੱਲ ਦਿਖਾ ਵੀ ਆਪਣੇ ਮਸ਼ਹੂਰ ਕਬੱਡੀ ਖਿਡਾਰੀ ਹੈ ਜ਼ਿੰਦਗੀ ਦਾ ਮਿੱਤਰ ਹੈ ਤਾਂ
ਨਾਸ਼ਕੇ ਕਾ ਬਦਵੇ ਔਰ ਆਜ ਹਰਿਆਣਾ ਦੀ ਕਮੇਟੀ ਨਿਸ਼ਕਦੇ ਕਿਤੇ ਪੈਂਟ ਪਟਨਾ ਵਿੱਚ ਹੁੰਦੀ ਹੈ ਕਿ ਸਾਰਾ ਬੜੇ ਭੇੜ ਤੇ ਲਾਗ ਜਾਂਦੀ ਹੁੰਦੀ ਹੈ ਬਾਕੀ ਸਾਰਾ ਬੜੇ ਭੇੜ ਅੱਜ ਮਾਜੀ ਕੇ ਦੀ ਕਮੇਟੀ ਦਾ ਪਤਰ ਹੋਵੇ ਮਾਜੀ ਦੇ ਨੂੰ ਬੱਡੀ ਕਾ ਅੱਜ ਪੂਰੇ ਮਾਨ ਹੋਏ ਜੀ ਮੇਰੇ ਵੀ ਪੂਰੇ ਮਾਨ ਦੇ ਵਿੱਚ ਚੱਲਦੇ ਹੈ ਔਰ ਜਿੱਥੇ ਕੇਵਲ ਦੇ ਨਾਲਿਕਾ ਤੇ ਪਿੰਡ ਦੇ ਵਿੱਚ ਹੋਏ ਹੈ ਨਾਦੀ ਤੇਰੀ ਵੀਰ ਸਾਡਾ ਵੀਰ ਪੰਜਾਬ ਲੈ ਵਰ ਵਾਲਾ ਵਰ ਵਾਲਾ ਸਾਡਾ ਵੀਰ ਮੈਕਲ ਅਨਾਮ ਦਰਬੇਸ਼ਾ ਵਾਲੀ ਲੰਮੀ ਸੀ ਦੀ ਮਾਰ ਦੇ ਦਰੋ ਉਹਦੀ ਬੋਲ ਕਾ ਬੋਲ ਕਰਦਾ ਉਹ ਜੀ ਲੰਮੀ ਸੀ ਦੀ ਮਾਰੀ ਹੈ ਜਿਸ ਦੇ ਨਾਲ ਆਪੀ ਦੇ ਹਿੱਸੇ ਹੈ ਆਪੀ ਦੇ ਹਿੱਸੇ ਹੋ ਰਹੇ ਹੈ ਆਵੀ ਹਰਿਆਣਾ ਦੀ ਕਮੇਟੀ ਅਗਲਾ ਮੈਚ ਬੜਾ ਤਕੜਾ ਹੋਣਾ ਹੈ ਕਮੇਟੀ ਦੇ ਮਾਰ ਦੇ ਟੀਮ ਆ ਯੋਧ ਕੋ ਟੀਮ ਨੇ ਦਾ ਮੈਚ ਜਿਹੜਾ ਵਾਸਤਵਿਕਾਂ ਦੇ ਨਾਲ ਹੋਇਆ ਹੈ ਉਹਨੇ ਦੀ ਮਦਦ ਕਰ ਬੱਕਰ ਉੱਤੇ ਖੜਾਈ ਬੁਲੇ ਹੋਏ ਹੈ ਇੱਕ ਪਲੇਅਰ ਜਿਹੜਾ ਬਾਹਰ ਰੁਕਿਆ ਹੋਇਆ ਹੈ ਉਹਦਾ ਸਾਡਾ ਅਮੀਰ ਪੰਜਾਬ ਪੰਜਾਬ ਬਾਤ ਕਰਨ ਦਾ ਮਾਲਾ ਵੀ ਕੱਲੀ ਕੱਲੀ ਕਬੱਡੀ ਕੱਲਾ ਕੱਲਾ ਇਹ ਫਸ ਦੇ ਵੀ ਉਪਦੇਸ਼ ਰਸ ਦਿਖਾ ਰਹੇ ਜਿਹਨਾਂ ਸਾਰੇ ਪੰਜਾਬੀ ਬਾਹਰ ਨੇਤਾ ਵੀ ਜੁੜੇ ਹੋਏ ਹੈ ਆਸ਼ੀ ਕੱਲੀ ਕਬੱਡੀ ਟੂਰਨਾਮੈਂਟ ਦੇ ਨਾਲ ਅਸੀਂ ਸਾਰੇ ਵੀ ਉਹ ਸਾਰੇ ਵੀ ਠੀਕ ਹੈ ਕਹਿੰਦੇ ਨੇ ਅਸੀਂ ਉਹਨਾਂ ਵੀ ਕਮੇਟੀ ਕੋਲੋਂ ਵੀ ਉਹ ਪੰਚਾਇਤ ਕੋਲੋਂ ਵੀ ਧੰਨਵਾਦ ਕਰਦੇ ਆਂ ਜਿਹੜੇ ਪੰਜਾਬੀ ਅੱਜ ਮਾਸ਼ੀ ਕੱਲੀ ਕਮੇਟੀ ਕੋਲੋਂ ਦੇ ਨਾਲ ਜੁੜੇ ਹੋਏ ਔਰ ਮੇਰੇ ਵੀਰੋ ਅੱਜ ਜ਼ਿੰਦਗੀ ਆ ਮੇਰਾ ਰੌਣ ਦਾ ਮਾਸ਼ੀ ਕੱਲੀ ਕਮੇਟੀ ਕੋਲੋਂ ਮਿਲ ਗਏ ਆਰੀ ਆਰੀ ਵਿੱਚ ਮਾਸ਼ੀ ਕੱਲੀ ਮੇਰਾ ਲੱਗ ਗਿਆ ਕਾ ਟੁੱਟ ਗਿਆ ਭਾਰੀ ਬੂਰੇ ਬੂਰੇ ਕਬਰ ਵਾਲ ਕੇ ਕਰਕੇ ਪੂਰੀ ਤਾਰੀ ਆ ਪਹਿਲਾ ਫੁੱਲ ਕਸਮਾਂ ਦੇ ਉੱਤੇ ਜਦੋਂ ਖੇਡੇ ਵਿੱਚ ਖੜਾਈ ਖਾਰੀ ਖੇਡ ਦੇ ਕੰਨੀ ਕੰਨੀ ਕਬੱਡੀ ਦਾ ਆਨੰਦ ਮਾਣਦੇ ਆ ਮੇਰੇ ਵੀਰੋ ਧਾਰੀ ਨੇ ਉਹਦਾ ਤਾਵਾ ਔਰ ਚਾਰ ਨਫੀ ਸਾਰੇ ਰਾਵੇ ਭਿੜਦੇ ਕਿਹੜਾ ਗੁਰੂ ਮੇਰਾ ਅੰਦਰ ਸਾਹਿਬ ਦੇ ਨਾਲ ਬਾਕਰ ਤੇ ਜੀਵਾਂ ਅੰਗਿਆਂ ਦੀ ਵਾਰ ਤਿਆਰੀ ਕਰਨ ਇਹ ਆ ਮੇਰੇ ਵੀਰ ਬਲਜੀਤ ਲਾਲ ਦਾ ਪਿੰਡਾ ਗੁਰੂ ਹੈ ਔਰ ਨਾਮੀ ਸਿਰਾ ਦਾ ਨਾਮ ਹੈ ਖੰਦੇ ਵਾਲੇ ਗੁਰੂ ਹੋ ਗਏ ਸਤ ਵਾਲ ਕੀ ਬੜਾ ਭਾਈ ਅਦਰ ਪੁੱਛਿਆ ਹੋਇਆ ਹੈ ਕਿਉਂਕਿ ਇਸੇ ਨਾਲ ਤੋਂ ਧੰਨਵਾਦ ਕਰਦੇ ਵਿੱਚ ਕਮੇਟੀ ਕਮੈਂਡਰ ਹੈ ਬੜਾ ਜਸਵਾਲ ਮੁੰਡ ਦੇ ਬੰਦੇ ਹੈ ਜਿਹਦੇ ਤੋਂ ਧੰਨਵਾਦ ਕਰਦੇ ਸਤ ਵਾਲ ਫਿਰ ਹਮਾਰਾ ਭਾਈ ਅਦਰ ਕਿਉਂਕਿ ਜਿੰਨੀਆਂ ਵੀ ਸੁਖੀਆਂ ਦੇ ਤੇ ਹੁੰਦੇ ਨੇ ਆਪਾਂ ਸਾਰੇ ਦੇ ਨਾਮ ਬੁਲਾਵਾਂਗੇ ਕਿਉਂਕਿ ਮਾਣ ਦੇਣਾ ਹੁੰਦਾ ਹੈ ਆਪਾਂ ਮਾਣ ਜ਼ਰੂਰ ਦੇਣੇ ਜਿਵੇਂ ਭਾਈ ਹੋਈ ਵੀਰ ਹੋ ਕੇ ਪਰ ਰੈਫਰੀ ਦਾ ਧਿਆਨ ਨਾ ਘਟਾ ਬਾਕੀ ਮੇਰੇ ਵੀਰੋ ਪੰਜਾਬੀ ਦੀ ਗੱਲ ਹੁੰਦੀ ਹੈ ਇੱਕ ਵਾਰੀ ਯਾਰ ਫੌਜੀ ਨੇ ਆਉਂਦੇ ਤਾੜੀ ਮਾਰਦਾ ਜਿਵੇਂ ਭਾਈ ਗੋਲੇ ਵਾਲੇ ਨੇ ਲਿਖਿਆ ਹੈ ਨਵਾਂ ਨਵਾਂ ਬਾਪੂਰੀ ਰਿਟਾਇਰ ਹੋ ਗਿਆ ਹੈ ਹੱਟਦਾ ਨਹੀਂ ਵੇੜੇ ਵਿੱਚ ਬੇਬੇ ਨੇ ਬੜਾ ਸਮਝਾਇਆ ਬਿੱਤੇ ਦੇ ਟੇਬਲੇ ਨੂੰ ਸਲੂਟ ਮਾਰਦਾ ਬੜਾ ਬੜੀ ਤੇ ਕਟਾਰੂ ਫੀਤੀ ਨਹੀਂ ਬੜਾ ਬਿੱਤੇ ਦੇ ਟੇਬਲੇ ਨੂੰ ਸਲੂਟ ਮਾਰਦਾ ਉਹ ਜੀ ਦੀ ਸਿਫਤ ਕੀਤੀ ਹੈ ਗੋਰੇ ਚੱਕ ਵਾਲੇ ਨੇ ਕਹੇ ਤਾਂ ਰਾਜੇ ਵਾਲੇ ਨੇ ਉਹਨੂੰ ਲਾਤਾ ਫੀਤੀ ਨਹੀਂ ਜੁੜਦੀ ਰਾਮੇ ਬਿੱਤਾ ਕਬਰ ਪਾਰ ਲੇਚ ਕਬੜੀ ਇਸ ਦੀ ਦੇ ਲੇਚ ਕਬਾ ਆ ਲੇਚ ਕੀ ਸ਼੍ਰੀ ਦੇ ਵਿਚਾਰ ਹੋਈ ਹੈ ਦੇਵ ਹੱਥ ਕੇ ਦਾ ਸਹੀ ਕਰੀ ਨਹੀਂ ਬਿਨਾਂ ਪਾਣੀ ਦੀ ਕੋਠੇ ਵਾਦੀ ਦੀ ਗੀਤ ਦਾ ਦੇ ਸਹਾਇ ਚੁੱਕਦਾ ਹੈ ਕੋਠੇ ਵਾਦੀ ਖੇਤ ਬੈਠੀਆਂ ਸੁਖੀਆਂ ਦਾ ਸਾਰੀਆਂ ਸੁਖੀਆਂ ਦਾ ਰਤਾ ਦਾ ਧੰਨਵਾਦ ਕਰਦੇ ਹਾਂ ਆਓ ਕੀ ਵਾਦੀ ਦਾ ਟਿੱਚ ਮੌਜੂਦ ਹੈ ਦੇਵ ਭਾਈ ਦਰਜੀ ਤਾਂ ਦੱਸ ਦੀ ਵੀ 10:30 ਜਾਂ 11 ਤੋਂ ਦੇ ਉਹ ਟੀਮ ਵੀ ਕਰੋ 10:30 ਤੇ 11 ਦੇ ਰੋਡ ਦੇ ਵਿੱਚ ਸਰਦਾਰੀ ਆਏ ਤੇ ਲੋਕ ਕੋਈ ਗੱਲ ਦੇਖਾ ਇਹ ਵੀ ਆਏ ਨਾ ਰੌਕਾ ਦਾ ਵਿੱਚ ਬਾਹਰ ਬਾਹਰ ਸ਼ੇਖ ਜੀ ਨਾਲ ਹੋਣਾ ਆਗੇ ਜੀ ਬਾਰ ਬਾਰ ਫਿਰ ਬੇਨਤੀ ਕਰਦਾ ਬਾਜੀ ਤੇ ਇਹਨੇ ਡੰਡੇ ਦੇ ਬਿੱਲੇ ਬੱਚੇ ਬਿੱਠੇ ਕਰਵਾ ਕੇ ਥੱਲੇ ਆਏ ਨਾ ਨਹੀਂ ਸਾਡੇ ਮੀਟਿੰਗ ਮੈਂਬਰ ਆਉਂਦੇ ਫਿਰ ਨਾ ਕਹਿਣਾ ਬੱਚੇ ਕਰਵਾ ਕੇ ਕੋਰਸਾ ਛੱਡ ਲੈਣਾ ਜਿਹਨਾਂ ਵੀ ਸਾਡੇ ਪਿੰਡ ਦੇ ਪੰਚਾਇਤ ਮੈਂਬਰ ਜਾਂ ਸਾਬਕਾ ਪੰਚਾਇਤ ਮੈਂਬਰ ਪੰਜ ਕੇ ਸਰਪੰਚ ਜਿਹਨੇ ਵੀ ਟੂਰਨਾਮੈਂਟ ਦੇ ਪਹੁੰਚੇ ਆ ਉਹ ਕਿਰਪਾ ਕਰਕੇ ਤਾਂ ਬੱਚੀ ਸੇ ਤੇ ਕੋਰਸਾਂ ਲੈ ਕੇ ਬੈਠਾ ਹਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਬੱਚੇ ਕੋਰਸਾਂ ਸਾਡੇ ਨਾ ਪਹਿਲੀ ਕਬੱਡੀ ਬਾਦਕਰ ਦੀ ਤਰਫੋਂ ਸਭ ਤੋਂ ਮਾਵੇ ਕਾਫੀ ਤਗੜਾ ਖੇਡ ਦੀ ਆ ਗਈ ਹੈ ਟੀਮ ਕਬੱਡੀ ਟੂਰਨਾਮੈਂਟ ਦੇ ਉੱਪਰ ਔਰ ਸਾਹਮਣੇ 17 ਦੀ ਕਬੱਡੀ ਪੈ ਗਈ ਹੈ ਟੀਮਾਂ ਦੀ ਗੋਲ ਤੋਂ ਪਿੰਡੀ ਦੀ ਦੋਨੇ ਬੰਦਾ ਦਾ ਫਟਾਰੇ ਜੀ ਨੇ ਬਾਲ ਕਰ ਕੇ ਗੱਲੀ ਪਾਈ ਮਨ ਦੇ ਵਿੱਚ ਤੇ ਬੰਦਾ ਮਨ ਦੇ ਵਿੱਚ ਤੇ ਬੰਦਾ ਸੁਪਰ ਸਟਾਰ ਹੋਣਾ ਖੇਡ ਬਣਾ ਜਾਂ ਪਿਆਰ ਬਣਾ ਮੰਜਰ ਨੂੰ ਲਾਏ ਕਰੇ ਮਾਰੇ ਆ ਜਾਂਦੇ ਧਰਨੇ ਦੀ ਜਿਸਾ ਕਿ ਮਿੱਟ ਲਈ ਸੀ ਲੋਕਾਂ ਦੀਆਂ ਗੱਲਾਂ ਵਿੱਚ ਉਹੀ ਗੱਲ ਲਿਖ ਲਈ ਸੀ
ਸਰਕਾਰੀ ਕਰਮ ਨਵਾਜ਼ ਦੇ ਦੇ ਤੋਂ ਲਾਹੀ ਜਾਂਦੇ ਨੇ ਜਿਹੜੇ ਗੱਭਰੂ ਜਿਹੜਾ ਕਿਸ਼ਾ ਧਾਰੀ ਬੈਠੇ ਨੇ ਪਤਾ ਨਹੀਂ ਲੱਗਦਾ ਕਿਹੜਾ ਤਰੀਆ ਪਾਹੀ ਜਾਂਦੇ ਕਾਲੀਆਂ ਨੂੰ ਵੀ ਫੱਟਾ ਦੇ ਲਾ ਕੇ ਪੈਂਦਾ ਪੈਂਦਾ ਨੌਜਵਾਨ ਦਾ ਇੰਦਰਜੀਤ ਤੁਸੀਂ ਇੱਕ ਪੜਾਇ ਵਾਲਾ ਜਾਫੀ ਹੈ ਪਰ ਸਾਡੇ ਮੱਖੀ ਜੀਵੇ ਵਾਲਾ ਬਹੁਤ ਹੀ ਤੇਜ਼ ਖਿਡਾਰੀ ਹੈ ਹਰ ਕੋਲੇ ਕੇ ਬਾਅਦ ਨਾਲ ਲੱਗ ਗਏ ਜਿਵੇਂ ਵਾਲਾ ਮੱਖੀ ਪਾਹੀ ਸਭ ਤੋਂ ਵਧੀਆ ਹੈ ਕਬੱਡੀ ਦੇ ਖੇਡ ਮੁਕਾਬਲੇ ਵਿੱਚ ਸਭ ਤੋਂ ਕਬੱਡੀ ਵਾਲਾ ਹੈ ਔਰ ਸਾਰੀ ਟੀਮ ਚੱਕ ਵਾਲਿਆਂ ਦੇ ਜਗਾਵਾ ਆ ਜਾਣ ਰਾਮ ਕੇ ਦਰਬਾਰ ਦੇ ਤਮਾਸ਼ੀ ਦੇ ਦ੍ਰਿਸ਼ ਹੈ ਕਿਵੇਂ ਕਿ ਮੈਂ ਜਲਦੀ ਨਾਲ ਕਬੱਡੀ ਦੇ ਮੈਦਾਨ ਵਿੱਚ ਆ ਜਾ ਰਾਮ ਕੇ ਆ ਦਰਬਾਰ ਦੇ ਤਮਾਸ਼ੀ ਕੋਈ ਫੈਸਲਾ ਵੀ ਅੱਗੇ ਜਿਹੜਾ ਆ ਗਿਆ
ਉਹਦੀ ਹੈ ਉਹਦੀਆਂ ਦੀ ਅਜ਼ਮਤ ਬੋਲਾ ਪਰ ਆਪਣੇ ਨਾਲ ਨਹੀਂ ਹੁੰਦੀ ਉਹਦੀ ਰੋਪੜ ਦੇ ਕੋਲ ਲਾਗੇ ਪਿੰਡਾ ਹੈ ਕੁਟੀ ਵਾਲੇ ਕੀ ਨਹੀਂ ਕਰੇ ਸਮਝੀ ਟੁੱਟ ਦੇ ਵਿੱਚ ਤੇ ਬਾਲੀ ਸੱਤ ਕੁਟੀ ਆਪਾਂ ਨੂੰ ਪਤਾ ਹੈ ਕਿ ਵੀ ਰਹਿਣੇ ਦੇ ਰਾਜ ਚੜੇ ਆ ਤੈਨੂੰ ਲੱਗਾ ਵੀ ਫੌਜੀ ਦੀ ਦੁਨੀਆ ਫੈਨ ਹੁੰਦੀ ਹੈ ਬੜੀ ਬਾਤ ਹੈ ਲੱਗੀ ਮੈਂ ਸਾਡੀ ਫਿਊਰ ਕੋ ਕੇ ਪਰ ਅੱਖ ਬੜੀ ਫਾਜ ਜਾ ਰਹੀ ਹੈ ਲਓ ਤੇ ਸਾਹਮਣੇ ਸਭ ਤੋਂ ਕਬੱਡੀ ਮਾਮਾ ਹੈ ਸਤੋਈ ਕਬੱਡੀ ਬੜੀ ਸੋਹਣੀ ਕਬੱਡੀ ਹੈ ਪਰ ਜੀਵੇ ਯੋਗ ਪਰ ਮੇਰਾ ਵੀ ਜਾਫੀ ਬਹੁਤ ਸੋਹਣੀ ਹੈ ਔਰ ਲੱਖ ਦਰਦ ਦੀ ਕੋਸ਼ਿਸ਼ ਕਰਦਾ ਪਰ ਤਾਂ ਵੀ ਬੜਾ ਫੁੱਲਦੀ ਹੈ ਤੇ ਜੀ ਦਾ ਮਸਲਾ ਵੀ ਆ ਕੇ ਡਰ ਤਾਂ ਵੀ ਜਿਹੇ ਸੇ ਰੋਸਾ ਤਾਂ ਵੀ ਹੋ ਰਿਹਾ ਨਹੀਂ ਕਬੱਡੀ ਤੇ ਤਰੀਕ ਬਣਾਏ ਵਾਲ ਮਾਰੀਆਂ ਦਾ ਜਾਂ ਮੇਰੇ ਵੀ ਗੁੱਗੀ ਗੁਰਾ ਤੇ ਜਾਫੀ ਸਿਰੇ ਦੇ ਔਰ ਕਬੱਡੀ ਬਹੁਤ ਦੀ ਫਰਮਾਨ ਆ ਗਿਆ ਔਰ ਦੋ ਦਫਾ ਦੁੱਖੇ ਚ ਮਾਰ ਕੇ ਮੇਰੇ ਵੀ ਇੱਕ ਵਾਰੀ ਯਾਰ ਲਗਾ ਦੇ ਤਾੜੀਆਂ ਮਾਰ ਦੇ ਗੁਰੂ ਲਗਾ ਬੜਾ ਧਰਨਾ ਲੈ ਲੋ ਜੀ ਜਿਹੜੇ ਕਿਥੋਂ ਆ ਰਹੇ ਸੀਰੇ ਗੁਰੂ ਗਾ ਬੜੇ ਆ ਉਸੇ ਤੇ ਲਗਾ ਬਾਰੇ ਦਾ ਫੌਜੀ ਕਮਾਲ ਕਰਦੀ ਹੋ ਜਾਂਦੀ ਕੋਈ ਬੰਦੀ ਪਹਿਲਾ ਕਾਲ ਦੂਸਰੇ ਦੱਸੇ ਦਾ ਲੱਖ ਲੱਖ ਦੀ ਗੁਰਦੀ ਦਫਾ ਕਦੇ ਕਰਦੇ ਦਾ ਲੱਖ ਲੱਖ ਦੀ ਗੁਰਦੀ ਦਫਾ ਕਦੇ ਕਰਦੇ ਦਾ ਲੱਖ ਲੱਖ ਦੀ ਗੁਰਦੀ ਅੱਜ ਪੈਂਦੀ ਆ ਮਾਸ਼ੀ ਕਦੇ ਕੋਈ ਕਮਾਲ ਦੇ ਵਿੱਚ ਸਾਰੇ ਸਤੋ ਕੋਈ ਤਾਂ ਦੇ ਦੁਆਲੇ ਕਾਲੀ ਗੰਦੀ ਫੁੱਦੀ ਬਾਦ ਦੇ ਜਮਨ ਦੀ ਮਿਟਵਾਦੀ ਲੱਗਦੀ ਬਾਕੀ ਇਹ ਮਾਲ ਵੀ ਤਾਂ ਪੈਂਦਾ ਮਾਸ਼ੀ ਕੇ ਔਰ ਦੋਨ ਦੇ ਕੋਸ਼ਿਸ਼ ਕੀਤੀ ਆ ਪਰ ਸਤੋ ਨਾ ਜਾਂ ਬਾਦੀ ਫੁੱਦੀ ਦਾ ਖਿਡਾਰੀ ਆ ਬਾਦੀ ਲੱਖੀ ਹੋ ਗਿਆ ਨਾ ਕਬੱਡੀ ਇੱਥੇ ਲੱਖੀ ਲਾਦੋ ਮਿਟਵਾ ਉਹਦੇ ਖਿਡਾਰੀ ਆ ਆ ਲੱਖੀ ਹੋ ਕਬੱਡੀ ਬਾਦ ਦੇ ਵੀ ਬਾਤ ਆ ਹੋਇਆ ਕਿਤੇ ਜਿਹੜਾ ਉਸੇ ਬਿਟਾ ਲੱਖੋ ਹੈ ਬਾਦ ਉਹਦੇ ਖਿਡਾਰੀ ਹੈ ਕਬੱਡੀ ਕੇ ਤਰਲੀਆਂ ਟੀਮਾਂ ਨੂੰ ਸੀ ਬਾਰ-ਬਾਰ ਅਨਾਉਂਸਮੈਂਟ ਕਰ ਰਹੇ ਆ ਜਿਉਂਦੇ ਆ ਟੀਮ ਦਾ ਕਬੱਡੀ ਕੇ ਤਰਲੀਆਂ ਟੀਮਾਂ कबड्डी ਛੋਟੀ ਉਮਰ ਵਾਲਾ ਹੋ ਗਿਆ ਤੇ ਪਾਉ ਨਾ ਹੋਈ ਉਹਨੇ ਕਬੱਡੀ ਆ ਇੱਥੇ ਅਰਬਾ ਆ ਖੇਡ ਕਬੱਡੀ ਰਹੀ ਆ ਤੇ ਅਰਬੇ ਵਾਲੀ ਖੜੀ ਹੈ ਕਿਉਂਕਿ ਉਹੀ ਖੜੀ ਤਰੱਕੀ ਹੋਦੇ ਜੀ ਦੇ ਘਰ ਮੇਰੇ ਲਿਖਿਆ ਹੈ ਕਿਉਂਕਿ ਜਿਹੜੇ ਹੋਈ ਹੁੰਦੀ ਤਾਂ ਹੁੰਦੀ ਹੈ ਇੱਕ ਦਿਨ ਤਰੱਕੀ ਜ਼ਰੂਰ ਹੁੰਦੀ ਭਾਗ ਤੁਸੀਂ ਕਹਾਂ ਜਾਣ ਦਾ ਫਾਂਸੀ ਨਾ ਦੁਨੀਆ ਜਿੱਤੇ ਕਰਦੀ ਭਾਗ ਤੁਸੀਂ ਕਹਾਂ ਜਾਣ ਦਾ ਫਾਂਸੀ ਨਾ ਦੁਨੀਆ ਜਿੱਤੇ ਕਰਦੀ ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਬਣਾ ਨਾ ਲੜਦੀ ਕੱਚੇ ਘੜੇ ਦੀ ਗੱਲ ਨਾ ਦੁਰਦੀ ਜੇ ਸੋਹਣੀ ਤੇ ਨਾ ਕਰਦੀ ਰਾਜੇ ਦਾ ਇਤਿਹਾਸ ਨਾ ਹੁੰਦਾ ਜੇ ਖੀਰ ਰਿਸ਼ਤਾ ਕਰਦੀ ਗਲਾ ਸਾਦੀ ਗਾਉਣਾ ਦੀ ਸੀ ਜੇ ਕਲ ਭਾਗ ਰਫੜੀ ਰਜੀਤ ਗਾਉਣੇ ਮਾਤਾ ਦੀ ਸੀ ਜੇ ਮਾਂ ਦੁਖਤੀ ਉਹਦੀ ਕਰਦੀ ਸਾਦੀ ਵਿੱਚ ਬਾਤ ਹੋਵੇ ਦਰਸ਼ ਵੀ ਦੁਨੀਆ ਕਦੇ ਨਾ ਦਿੱਤੇ ਕਰਦੀ ਦੁਨੀਆ ਕਦੇ ਨਾ ਦਿੱਤੇ ਕਰਦੀ ਸਰਾਬੇ ਗੁੱਸੇ ਜਾਂਦੇ ਹੈ ਜਿਨ੍ਹਾਂ ਦੇ ਸਾਦੀਆਂ ਦੇ ਵਿੱਚ ਬਾਹਰ ਹੈ ਅੱਜ ਬਾਕੀ ਸਰਾਬੇ ਗੁੱਸੇ ਜਾਂਦੇ ਹੈ ਉਹਨਾਂ ਦੇ ਵਿੱਚ ਵੀ ਜਿਨ੍ਹਾਂ ਵਾਲਿਆਂ ਦਾ ਅੱਜ ਕਬੱਡੀ ਕੱਪ ਦੇ ਇਤਿਹਾਸ ਸਾਜਦਾ ਹੈ ਕਿਹੜਾ ਵਾਲਿਆਂ ਆਸ਼ਿਕ ਦੇ ਕਬੱਡੀ ਟੂਰਨਾਮੈਂਟ ਦੇ ਮੁਰਬਾਜੀ ਪਾਦਦਾ ਹੈ ਔਰ ਨਾਲੀ ਕੈਕ ਪਾਏਗਾ ਔਰ ਚਿਰਾਵਾ ਕਬੱਡੀ ਦੀ ਬਾਤ ਆਈ ਕਰ ਨਾਲ ਸਾਹਮਣੇ ਸ਼ਰਤੋ ਹੈ ਮੈਨੂੰ ਲੱਗਦਾ ਕੱਲੇ ਕਬੱਡੀਆਂ ਬਾਰੇ ਕੱਲੇ ਹੀ ਬੋਲਦਾ ਅੱਜ ਕਬੱਡੀ ਦੇ ਬਾਰੇ ਵਿੱਚ ਬਾਤ ਹੋ ਗਈ ਹੈ ਹੌਸਲਾ ਬਹੁਤ ਆ ਬਾਕੀ ਕੇਰ ਦਾ ਵੱਡਾ ਮੈਚ ਸਲਾਬ ਦਾ ਹੈ ਰਿਆਲ ਰਸਮੀਆ ਮੈਚ ਦਾ ਮਨ ਆਦਾ ਵੀ ਥੋੜੇ ਜਿਹਾ ਫਰਕ ਦੀ ਵਾਜਰਾ ਦੀ ਟੀਮ ਦੇ ਦਿੰਦਾ ਜੀ ਬਾਕੀ ਬਾਕੀ ਆਣੀ ਦੀ ਬਾਕੀ ਅੱਜ ਮਾਈ ਸ਼ਰੇ ਦੇ ਉੱਤੇ ਹੈ ਮੈਂ ਜ਼ੋਰ ਕੇ ਟਿਕਾਣੇ ਲਾਟਾ ਹੋਣਗੇ ਮੈਂ ਜ਼ੋਰ ਕੇ ਟਿਕਾਣੇ ਲਾਟਾ ਹੋਣਗੇ ਪਤਾ ਲੱਗ ਜੂ ਕਿੰਨਾ ਗਠੋਂਦਾ ਪਾਣੀ ਉਹਨੀਆਂ ਦੇ ਸਿਰ ਫਸ ਗਏ ਜਿਵੇਂ ਤੁਰ ਬਿੜੇ ਵੇਖਾ ਵੀ ਬਾਕੀ ਅੱਜ ਉਹਨੀਆਂ ਦੇ ਸਿਰ ਫਸ ਗਏ ਤੇ ਆਵਾ ਔਰ ਚੱਕ ਬੜੇ ਕਸ਼ਟ ਲੈਂਦੇ ਹੋ ਸਾਰੀ ਹਾਂ ਮੈਂ ਜੇ ਸਾਡੇ ਬੰਦਾਂ ਦੇ ਸੁਣਾਂ ਕਰਦੀ ਅੱਛਾ ਬੈਠਦਾ ਮੈਂ ਜਾ ਕਰਮੇ ਦੀ ਕੰਮ ਜ਼ਰੂਰ ਕਰੋ ਭਾਈ ਖਿਡਾਰੀ ਕਹਿੰਦੇ ਪੈਰ ਮੱਜ ਰਿਹਾ ਕਬੱਡੀ ਦੇ ਨਾਲ ਪਾਣੀ ਜ਼ਰੂਰ ਛਕਾਓ ਖਿਡਾਰੀਆਂ ਦੀ ਮੰਗ ਹੈ ਪਾਣੀ ਦਾ ਛਕਾ ਜ਼ਰੂਰ ਕਰਾ ਦਿਓ ਟੀਮਾਂ ਆਪਣੇ ਕੋਲ ਸਿਰੇ ਤੇ ਆਈਆਂ ਹੈਲੋ ਆ ਤਰੋਰਾ ਆਲੇ ਪਰਾਂ ਦਾ ਲੜਕਾ ਜਿੱਥੇ ਮਾਸ ਹੁੰਦਾ ਸਟੇਜ ਤੇ ਆਵੇ ਜਾਂਦੀ ਨਾ ਜਲਦੀ ਤਰੋਰਾ ਆਲੇ ਪਰਾਂ ਦਾ ਲੜਕਾ ਪਾਣੀ ਇਹਦੇ ਕੋਲ ਵੀ ਸ਼ੇਵਾ ਮੈਚ ਵਿੱਚ ਹੋਇਆ ਹੈ ਇਹ ਉਹਨੂੰ ਦੱਸ ਵੀ ਰਾਮਾ ਲਿਖਿਆ ਹੈ ਵੀ ਇੱਕ ਮੈਚ ਰਾਮੇ ਦਾ ਹੋ ਚੁੱਕਿਆ ਹੈ ਸ਼ੇਵਾ ਮੈਚ ਦਾ ਜਿਹੜਾ ਯਾਦ ਹੋ ਗਿਆ ਇਹ ਆਪਾਂ ਡਿਸੀਜਨ ਲਾ ਗਏ ਕਿਉਂਕਿ ਇੱਕ ਮੈਚ ਪਹਿਲਾਂ ਰਾਮੇ ਦਾ ਹੋ ਚੁੱਕਿਆ ਹੈ ਕੋਠੇ ਵਾਲੀਆਂ ਦੇ ਨਾਲ ਰਾਮੇ ਦਾ ਮੈਚ ਹੋਇਆ ਸੀ
ਇਸੇ ਪਤਾ ਕਰਕੇ ਦੱਸਗੇ ਐਵੇਂ ਤੇ ਆਪ ਨਾਲ ਦੇ ਆ ਰਿਹਾ ਹੈ ਤੁਸੀਂ ਜਗਾਵਾ ਦੇ ਜੱਟ ਭਾਈ ਕਹਿੰਦਾ ਗਾਇਸ਼ ਨਹੀਂ ਤਾਂ ਤੇ ਜੀ ਜੀ ओ भाई पानी ले आई है आउंदा बापू हाँ तेरी पता किन्नी बन गई है।